ਉਹ ਕਿਹੜੀ ਚੀਜ਼ ਸੀ ਜਿਹੜੀ ਇਹਨਾਂ ਨੂੰ ਇੱਥੇ ਪੰਜਾਬ ਖਿੱਚ ਲਈ ਆਪਣਾ ਪਰਿਵਾਰ ਛੱਡਣਾ ਪੈ ਗਿਆ ਤੇ ਇਹਨ ਸਕੇਂਦੇ ਵੀ ਜਦੋਂ ਜੋ ਐਕਸੀਡੈਂਟ ਮੇਰਾ ਹੋਇਆ ਭਈ ਤੈਨੂੰ ਦੇਖ ਕੇ ਭਈ ਤੂੰ ਬਿਲਕੁਲ ਮਨ ਦੇ ਘਣਾ ਡੇਪਿਆ ਤੇ ਮੈਨੂੰ ਤਰੀ ਲੋੜ ਆ ਭਈ ਮੈਂ ਉਹ ਚੀਜ਼ ਮਹਿਸੂਸ ਕੀਤੀ ਮੇਰੇ ਬੇਬੇ ਜੇ ਮੈਂ ਨਾ ਪਹੁੰਚੀ ਉੱਥੇ ਵੀ ਸ਼ਾਇਦ ਹਰਪਾਲ ਨਾ ਮੜ ਜਾਣਾ ਜੇਕਰ ਕੋਈ ਹੋਰ ਹੁੰਦਾ ਮੈਨੂੰ ਲੱਗਦਾ ਮੈਂ ਨਹੀਂ ਕਰ ਸਕਦਾ ਨਹੀਂ ਨਹੀਂ ਬਹੁਤ ਔਖਾ ਜੀ ਅੱਜਕੱਲ ਤੁਹਾਨੂੰ ਪਤਾ ਅੱਜ ਸਮੇਂ ਵਿੱਚ ਅੱਜ ਸਮੇਂ ਵਿੱਚ ਬਹੁਤ ਔਖਾ ਜੀ ਕੋਈ ਕਿਹੜਾ ਆਪਣਾ ਮਤਲਬ ਪਰਿਵਾਰ ਛੱਡ ਕੇ ਦੂਜੇ ਦੇਸ਼ ਜਾ ਕੇ ਇੱਥਾਂ ਕਿਸੇ ਬਾਰੇ ਇਹਨਾਂ ਨਹੀਂ ਕਰ ਸਕਦਾ ਕੋਈ ਹੁਣ ਤੱਕ ਤੇ ਸਫਰ ਦੇ ਵਿੱਚ ਜਿਹੜਾ ਖਾਈ ਵਾਲਾ ਸਫਰ ਹੈ ਤੁਹਾਡੇ ਨਾਲ ਗੁੱਸੇ ਹੋਏ ਨੇ ਤੁਹਾਡੇ ਨਾਲ ਲੜੇ ਨੇ ਕਿ ਤੁਸੀਂ ਕਿਉਂ ਗਏ ਸੀ ਨਹੀਂ ਨਹੀਂ ਉਹ ਮਨ ਲੋ ਮਨ ਲੋ ਡਿਸਕਸ ਅਸੀਂ ਕੀਤੀ ਕਈ ਵਾਰ ਤੇ ਮੈਂ ਉੱਥੇ ਜੇ ਨਾ ਜਾਂਦਾ ਸ਼ਾਇਦ ਤੂੰ ਬਾਹਰ ਹੁੰਦਾ ਤੇ ਅਸੀਂ ਜੇ ਤੂੰ ਬਾਹਰ ਵਧੀਆ ਜ਼ਿੰਦਗੀ ਪਤਾਨੀ ਦੀ ਵਧੀਆ ਪਰਿਵਾਰ ਚੰਗਾ ਹੋਣਾ ਤਾਂ ਕਿਸਾਨੀ ਅੰਦੋਲਨ ਜਦੋਂ ਦਿੱਲੀ ਦੇ ਵਿੱਚ ਚੱਲਿਆ ਸੀ ਤਾਂ ਇਹ ਨੌਜਵਾਨ ਉੱਥੇ ਗਿਆ ਸੀ ਰਸਦ ਲੈ ਕੇ ਲੰਗਰ ਦੀ ਤਾਂ ਰਸਤੇ ਦੇ ਵਿੱਚ ਜਦੋਂ ਹਾਦਸਾ ਹੋੰਦਰਦਾ ਤਾਂ ਉਦੋਂ ਜ਼ਿੰਦਗੀ ਬਦਲ ਜਾਂਦੀ ਆ ਕਾਫੀ ਸੱਟ ਡੂੰਗੀ ਲੱਗੀ ਆ ਰੀੜ ਦੀ ਹੱਡੀ ਤੇ ਮਣਕਾ ਨੁਕਸਾਨੀਆਂ ਗਏ ਸਾਰੇ ਨਾਲ ਲਾਂਦੇ ਆ ਕਿਸਾਨ ਮਜੂਦ ਇੱਕ ਤਾਂ ਜਿੰਦਾਬਾਦ ਜਾ ਪੰਜਾਬੀ ਪੰਜਾਬੀ ਦੇ ਨਾਲ ਲਾਣੇ ਆ ਅਸੀਂ ਉਹ ਚੀਜ਼ਾਂ ਨਾਲ ਸੋਚ ਕੇ ਆਪਣੇ ਦਿਲ ਤੇ ਲਈ ਗੱਲ ਭਾਈ ਜੀ ਅਸੀਂ ਵੀ ਯਾਰ ਚਲੋ ਕੱਲੂ ਮੈਂ ਬਾਹਰ ਤੇ ਲੱਗਿਆ ਸ਼ਾਇਦ ਮੋਰਚਾ ਆਪਣੀ ਕਿਦਾਂ ਫਤਿਹ ਹੋਣਾ ਜਾਂ ਨਹੀਂ ਫਤਿਹ ਹੋਣਾ ਇੱਕ ਵਾਰੀ ਜਾਣ ਤੋਂ ਪਹਿਲਾਂ ਆਪਣੀ ਹਾਜ਼ਰੀ ਭਰੀ ਏ ਉਹ ਮੈਨੂੰ ਐ ਨਹੀਂ ਪਤਾ ਵੀ ਉੱਥੇ ਜਾ ਕੇ ਮੇਰਾ ਜਿਹੜਾ ਉਹ ਮੇਰਾ ਜ਼ਿੰਦਗੀ ਮੇਰੀ ਬਲ ਜਾਣੀ ਪੂਰੀ ਤੇ ਦੂਜੀ ਗੱਲ ਹੈ ਜੇ ਇਹਨਾਂ ਇਹਨਾਂ ਬਾਰੇ ਇੰਨਾ ਪਤਾ ਹੁੰਦਾ ਮੈਨੂੰ ਵੀ ਮੰਨ ਲਓ ਆਪਣਾ ਸਿਰ ਮਤਲਬ ਕਹਿਣ ਵਾਸਤੇ ਇਹਨਾਂ ਨੇ ਜਾਂ ਆਪਣਾ ਪੈਸਾ ਇਕੱਠਾ ਕਰਨ ਵਾਸਤੇ ਇਹਨਾਂ ਨੇ ਵੀ ਰਾਂ ਦੇ ਜਿਹੜੀ ਜਿਹਨੀ ਫੰਡਿੰਗ ਹੋਈ ਇਹਨੇ ਆਪਣੇ ਮੰਨ ਲਓ ਆਪਣੇ ਫਾਇਦੇ ਵਾਸਤੇ ਹੀ ਉਹ ਕੰਮ ਕਰਨਾ ਪਰ ਜਦੋਂ ਹੁਣ ਜਿੱਦਾਂ ਹੁਣ ਵੀ ਜੇ ਲੋਕ ਕਾਫੀ ਤੁਸੀਂ ਪਹਿਲਾਂ ਵੀ ਤੁਸੀਂ ਦੱਸਿਆ ਵੀ ਤੁਸੀਂ ਕਹੀ ਜਾ ਗੱਲ ਕੀਤੀ ਮੈਂ ਫੋਨ ਤੇ ਵੀ ਕਈ ਨਾ ਗੱਲ ਹੁੰਦੀ ਸਾਰੇ ਗੱਲਾਂ ਚ ਗੱਲਾਂ ਗੱਲਾਂ ਜੇ ਮੈਨੂੰ ਵਾਦੇ ਵਾਦੇ ਦੇ ਜਾਂਦੇ ਝੂਠੇ ਵਾਦੇ ਜਿੱਦਾਂ ਲੀਡਰਾਂ ਦੇ ਆ ਤੇ ਆਪਾਂ ਤੇਰੀ ਮਦਦ ਕਰਾਂਗੇ ਤੂੰ ਫੇਰ ਨਾ ਕਰੀ ਕਿਉਂਕਿ ਇਸ ਚੀਜ਼ ਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ ਪਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਹੈ ਜਿਨ੍ਹਾਂ ਨੇ ਹਜੇ ਤੱਕ ਵੀ ਇੱਕ ਪੈਸੇ ਦੀ ਮਦਦ ਇਸ ਨੌਜਵਾਨ ਨੂੰ ਨਹੀਂ ਕੀਤੀ ਸਾਰੀ ਗੱਲ ਪੈਸੇ ਉੱਪਰ ਆ ਕੇ ਮੁੱਕ ਜਾਂਦੀ ਹੈ ਕਿਉਂਕਿ ਹੁਣ ਜੇ ਉੱਥੇ ਵੈਸੇ ਹੁਣ ਸਪੈਨ ਚ ਵੀ ਗੱਲ ਕੀਤੀ ਸੀ ਦੋਸ ਹੈਗਾ ਸੀ ਉੱਥੋਂ ਇਹਨਾਂ ਦਾ ਉੱਥੇ ਕੋਈ ਨਾ ਉਹਨਾਂ ਨੇ ਕਿਹਾ ਸੀ ਵੀ ਉੱਥੇ ਤੁਹਾਨੂੰ ਆ ਕੇ ਇੱਕ ਵਾਰੀ ਪਤਾ ਕਰਨਾ ਪੈਣਾ ਤੁਹਾਡਾ ਜਿਹੜਾ ਪੇਸ਼ੈਂਟ ਹੈ ਨਾ ਉਹਨਾਂ ਨੂੰ ਅਨਾਲਾਈਜ਼ ਕਰਨਾ ਪੈਣਾ ਸੱਜਾ ਕੇ ਵੀ ਤੁਹਾਡੀ ਕੰਡੀਸ਼ਨ ਕਿੱਦਾਂ ਦੀ ਹੈ ਇਲਾਜ ਉੱਥੇ ਹੈਗਾ ਹੈ ਇਲਾਜ ਮਹਿੰਗਾ ਹੈ ਪਰ ਉਹ ਪੈਸੇ ਦੀ ਕਮੀ ਕਰਨ ਥਾਈਲੈਂਡ ਇਲਾਜ ਥਾਈਲੈਂਡ ਵੀ ਇਲਾਜ ਆ ਜਾਏਗਾ ਸਿੰਗਾਪੁਰ ਵੀ ਇਲਾਜ ਆ ਜਾਏਗਾ ਇਸ ਚੀਜ਼ ਦਾ ਤੇ ਪੈਸੇ ਦੀ ਕਮੀ ਕਰ ਸਾਨੂੰ ਜਿਹੜਾ ਜਿੰਨਾ ਵੀ ਐਫਰਟ ਹੈ ਉਹ ਮੈਂ ਦੀ ਭਾਈ ਭਰਾਂ ਹਾਂ ਆਪਣਾ ਘਰਵਟ ਸੱਟ ਕੇ ਇੱਥੇ ਆਈ ਮੇਰੇ ਕੋਲ ਨੂੰ ਮੈਨੂੰ ਪਾਵਰ ਹੁੰਦੀ ਪੈਸੇ ਦੀ ਤਾਂ ਮੈਨੂੰ ਆਪਰ ਲੈ ਜਾਂਦੇ ਜਨਵਰੀ ਚ ਅਸੀਂ ਬਾਮੜਾ ਵੀਜ਼ਾ ਅਪਲਾਈ ਕੀਤਾ ਸੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਜਨਵਰੀ ਵੀਜ਼ਾ ਅਪਲਾਈ ਕੀਤਾ ਜੀ ਉਸ ਟਾਈਮ ਐਮਬੈਸੀ ਨੇ ਵੀ ਆ ਰਿਫਿਊਜ਼ ਕਰਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਸਪੈਨਲ ਕੋਡ ਬੰਦਾ ਇੰਜਰੀ ਪੇਸ਼ੈਂਟ ਹੈ ਬਾਹਰ ਜਾਣਾ ਨੀ ਕੋਲੰਬੀਆ ਜਾਂ ਹੋਰ ਦੇਸ਼ ਕਿਤੇ ਵੀ ਪੈਸਾ ਸਫੀਸ਼ੀਐਂਟ ਹੈ ਨਹੀਂ ਹੈ ਇਲਾਜ ਕਰਨ ਵਾਸਤੇ ਉਹਨਾਂ ਲਗਭਗ ਜੀ ਵੈਸੇ ਮੇਰੇ ਕੋਲ ਬਿੱਲ ਵੀ ਪਏ ਨੇ ਜੇ ਗੈਸ ਲਈਏ ਚਲੋ ਗੈਸ ਗਲਤ ਨਹੀਂ ਹੈ ਮੈਂ ਆਪਣੇ ਜਿੰਨਾ ਵੀ ਚਲੋ ਠੰਡਾ ਆਇਆ ਮੈਂ ਤੇ ਲਗਭਗ 25 ਲੱਖ ਦੇ ਕਰੀਬ ਜਿਹੜਾ ਮੇਰਾ ਖਰਚਾ ਹੋ ਗਿਆ ਜੀ 25 ਲੱਖ ਕ੍ਰੋਸ ਹੋ ਗਿਆ ਜੀ ਹੁਣ ਤੱਕ ਦਾ ਹੁਣ 3 ਸਾਲਾਂ ਤੋਂ ਮੰਜੇ ਤੇ ਹੀ ਇਹ ਨੌਜਵਾਨ ਪਿਆ ਹੈ ਤੇ ਦੂਜੇ ਪਾਸੇ ਇਹਨਾਂ ਦੀ ਪਤਨੀ ਕੋਲੰਬੀਆ ਦੇ ਰਹਿਣ ਵਾਲੇ ਨੇ ਗੋਰੀ ਨੇ ਸੱਤ ਸਮੁੰਦਰੋਂ ਪਾਰ ਆ ਕੇ ਇੱਥੇ ਪੰਜਾਬ ਦੇ ਇਸ ਗੱਭਰੂ ਦੀ ਸੇਵਾ ਕਰ ਰਹੇ ਨੇ ਜਨਵਰੀ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ ਇਹ ਨੌਜਵਾਨ ਪਰ ਹੁਣ 7 ਮਹੀਨੇ ਤਕਰੀਬਨ ਹੋ ਚੁੱਕੇ ਨੇ ਹਰ ਕਿੰਨੇ ਕਿੰਨੇ ਕਿ ਜਮੀਨ ਸੀ ਫਿਰ ਵੀ ਤੁਸੀਂ ਉਹ ਖੇਤੀ ਕਰੂਣਾ ਦੇ ਖਿਲਾਫ ਉਸ ਮੋਰਚੇ ਦੇ ਵਿੱਚ ਗਏ ਆਪਣੀ ਜ਼ਿੰਦਗੀ ਥੋੜੀ ਖਰਾਬ ਕਰ ਲਈ ਕਿੰਨੇ ਕਿ ਜਮੀਨ ਸੀ ਜਮੀਨ ਸਾਡੇ ਸਾਡੇ ਕੋਲ ਸਾਰਾ ਇਕੱਲਾ ਖੰਡ ਹੈ ਜੀ ਬਸ ਹਾਂਜੀ ਹੋਰ ਕੋਈ ਜ਼ਮੀਨ ਨਹੀਂ ਆ ਤੇ ਉਸੇ ਬਾਵਜੂਦ ਵੀ ਜਿਵੇਂ ਸਾਰੇ ਕੰਦੇ ਦੇ ਵੀ ਜਾਣਾ ਉੱਥੇ ਸਾਡਾ ਫਰਜ਼ ਬਣਦਾ ਪੰਜਾਬੀ ਪੰਜਾਬੀ ਸਾਰੇ ਉੱਥੇ ਗਏ ਸਨ ਖਾਣ ਪੀਣੂਗੇ ਕੰਮ ਕਰਦੇ ਜੋਗ ਹੋਈਏ ਕਿਉਂਕਿ ਸਾਰੀ ਉਮਰ ਕਿਸੇ ਨੂੰ ਮੰਗਣ ਦਾ ਬਹੁਤ ਔਖਾ ਵੀ ਸਾਰਿਆਂ ਵਾਂ ਅਸੀਂ ਹੱਥ ਢੀ ਜਾਈਏ ਇਹਦਾ ਹੁਣ ਹਾਲਾਤ ਇਹ ਜੇ ਬਣ ਕੇ ਕੀ ਦਾ ਮਨ ਕਰਦਾ ਅਬੇ ਸੋ ਇਹੀ ਬੇਨਤੀ ਹੈ ਸਾਰਿਆਂ ਨੂੰ ਵੀਡੀਓ ਰਹੀਂ ਕਿਉਂਕਿ ਇਹਨਾਂ ਮਗਰ ਲੱਗੇ ਤਾਂ ਫਿਰ ਆਪਣੀ ਜ਼ਿੰਦਗੀ ਬਰਬਾਦ ਆ ਜੀ ਹੁਣ ਦਾ ਸ਼ੁਭ ਗਨਬੀਰ ਹੈ ਉਹਦੀ ਪੈਨ ਮੈਂ ਕੱਲ ਲਿਖਿਆ ਖਬਰਾਂ ਉਹਨਾਂ ਨੂੰ 1 ਕਰੋੜ ਰੁਪਏ ਮਿਲ ਗਿਆ ਜੀ ਰਾਸ਼ੀ ਸਰਕਾਰ ਵੱਲੋਂ ਤੇ ਨੌਕਰੀ ਮਿਲ ਗਈ ਮੈਂ 3 ਸਾਲ ਲੋਕਾਂ ਦੀ ਮਾਰ ਤੱਕ ਨੌਕਰੀ ਨਹੀਂ ਮੰਗੀ ਨਾ ਨੌਕਰੀ ਮਾਪ ਮੰਗੀ ਨਾ ਮੇਰੀ ਵਾਈਫ ਨੂੰ ਨਾ ਨਾ ਆਪਣੇ ਨਾ ਮੇਰੀ ਮਾਪੇ ਨੂੰ ਮੈਂ ਬੜਾ ਮਨ ਖਰਾਬ ਹੋਇਆ ਇਹਨਾਂ ਨੂੰ ਵੀ ਮੈਂ ਫੋਨ ਚੁੱਕ ਲੋ ਗੱਲ ਹੁਣੀ ਮੈਂ ਮਨ ਲੋ ਬੋਲਣਾ ਮੂੰਹ ਚੋਂ ਆਵਾਜ਼ ਨਹੀਂ ਆਣੀ ਗੱਲ ਚ ਪੈਪ ਲੱਗੀ ਸੀ ਇਹਨਾਂ ਨੇ ਵੀ ਮਨ ਲੋ ਫੋਨ ਤੇ ਵੀਡੀਓ ਦੇ ਕੱਲ ਦੇਖੇ ਰੋਣਾ ਵੀ ਲਾਸਟ ਵਾਰੀ ਜਦੋਂ ਆਪਾਂ 에ਅਰਪੋਰਟ ਤੇ ਮਿਲੇ ਸੀ ਜਾਏ ਕੇ ਸੀ ਚੰਗਪਲਮਾ ਤੁਰਦਾ ਫਿਰਦਾ ਗੱਲਾਂ ਬਾਤਾਂ ਕਰਕੇ ਗਏ ਅਸੀਂ ਤੇ ਦੂਜੀ ਵਾਰ ਬੰਦੇ ਨੂੰ ਐਦਾ ਇਹ ਹਫ਼ਤਾ ਜੋ ਮਿਲਣਾ ਬਹੁਤ ਔਖਾ ਹੁੰਦਾ ਜੀ ਤੇ ਉਹ ਚੀਜ਼ ਹੰਡਾਣੀ ਬਹੁਤ ਔਖੀ ਦੀ ਮੈਂ ਇੱਕ ਤਾਂ ਬਿਨਾਂ ਬੋਲੇ ਤੇ ਬੰਦਾ ਬੋਲ ਕੇ ਹੋਰ ਹੌਸਲਾ ਦੇ ਸਕਦਾ ਪਰਵਾਰ ਨੂੰ ਇਹਨਾਂ ਨੂੰ ਮੈਂ ਆਪ ਨੂੰ ਇੱਕ ਤਾਂ ਗੱਲ 'ਚ ਪੈਪ ਲਾ ਕੀ ਬੋਲਣਾ ਹੋਵੇ ਗੁੱਸਾ ਆ ਆਪਣੇ ਆਪ ਤੇ ਇਹਨਾਂ ਦੇ ਵੀ ਇਹਨਾਂ ਨੂੰ ਦੇਖ ਕੇ ਮੈਂ ਹੋਰ ਮਨ ਖਰਾਬ ਹੋਵੇ ਤੇ ਇਹ ਹੀ ਮੈਂ ਸੋਚਦਾ ਵੀ ਮਾਹਲੀ ਵੱਧ ਤੋਂ ਵੱਧ ਛੇਤੀ ਜਤੀ ਮੌਤ ਆ ਜਾਵੇ ਤਾਂ ਇੱਕ ਵਾਰ ਸੱਗਲ ਹੋਵੇ ਪਰ ਨਾ ਮੌਤ ਆਈ ਤੇ ਇਹਨਾਂ ਨੇ ਫਿਰ ਵੀ ਬਹੁਤ ਹੌਸਲਾ ਰੱਖਿਆ ਉਸ ਟਾਈਮ ਮੈਨੂੰ ਬੜਾ ਹੀ ਦਿੱਤਾ ਹੌਸਲਾ ਫੋਨ ਤੇ ਵੀ ਤੂੰ ਫੇਕਣਾ ਕਰੀ ਮੈਂ ਤੇਰੇ ਕੋਲ ਜਰੂਰ ਆਉਂਗੀ ਅੱਜ ਐਸੀ ਤੁਹਾਨੂੰ ਉਸ ਪੰਜਾਬ ਦੇ ਗੱਭਰੂ ਦੇ ਨਾਲ ਮਲਾਉਣ ਜਾ ਰਿਹਾ ਜੋ ਕਿ 3 ਸਾਲਾਂ ਤੋਂ ਸੰਤਾਪ ਹੰਡਾਰਿਆ ਕਿਸਾਨੀ ਅੰਦੋਲਨ ਜਦੋਂ ਦਿੱਲੀ ਦੇ ਵਿੱਚ ਚੱਲਿਆ ਸੀ ਤਾਂ ਇਹ ਨੌਜਵਾਨ ਉੱਥੇ ਗਿਆ ਸੀ ਰਸਦ ਲੈ ਕੇ ਲੰਗਰ ਦੀ ਤਾਂ ਰਸਤੇ ਦੇ ਵਿੱਚ ਜਦੋਂ ਹਾਦਸਾ ਹੋੰਦਰਦਾ ਤਾਂ ਉਦੋਂ ਜ਼ਿੰਦਗੀ ਬਦਲ ਜਾਂਦੀ ਆ ਕਾਫੀ ਸੱਟ ਡੂੰਗੀ ਲੱਗੀ ਆ ਰੀੜ ਦੀ ਹੱਡੀ ਤੇ ਮਣਕਾ ਨੁਕਸਾਨੀਆਂ ਗਿਆ ਪਰ ਹੁਣ 3 ਸਾਲਾਂ ਤੋਂ ਮੰਜੇ ਤੇ ਹੀ ਇਹ ਨੌਜਵਾਨ ਪਿਆ ਏ ਤੇ ਦੂਜੇ ਪਾਸੇ ਇਹਨਾਂ ਦੀ ਪਤਨੀ ਕੋਲੰਬੀਆ ਦੇ ਰਹਿਣ ਵਾਲੇ ਨੇ ਗੋਰੀ ਨੇ ਸੱਤ ਸਮੁੰਦਰੋਂ ਪਾਰ ਆ ਕੇ ਇੱਥੇ ਪੰਜਾਬ ਦੇ ਇਸ ਗੱਭਰੂ ਦੀ ਸੇਵਾ ਕਰ ਰਹੇ ਨੇ ਜਨਵਰੀ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ ਇਹ ਨੌਜਵਾਨ ਪਰ ਹੁਣ 7 ਮਹੀਨੇ ਤਕਰੀਬਨ ਹੋ ਚੁੱਕੇ ਨੇ ਪਰ ਹਜੇ ਵੀ ਜਿਹੜੀ ਇਹਨਾਂ ਦੀ ਪਤਨੀ ਆ ਉਹ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਜਿਹੜਾ ਇਹਨਾਂ ਦੀ ਜਿਹੜੀ ਸੇਵਾ ਕਰਦੀ ਆ ਤਾਂ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਪੂਰੀ ਜਿਹੜੀ ਲਗਨ ਦੇ ਨਾਲ ਲੱਗੀ ਹੋਈ ਆ ਪਰਿਵਾਰ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਦਾ ਹੈ ਕਿ ਉਹ ਖਾਈਆਂ ਦੇ ਵਿੱਚੋਂ ਲੰਘਣਾ ਪਿਆ ਕਰਦੀਆਂ ਮੱਝਾਂ ਤੱਕ ਵੇਚਣੀਆਂ ਪਈਆਂ ਕਿਉਂਕਿ ਇਸ ਚੀਜ਼ ਦਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ ਪਰ ਦੂਜੇ ਪਾਸੇ ਸੰਧੁਕ ਕਿਸਾਨ ਮੋਰਚਾ ਹੈ ਜਿਨ੍ਹਾਂ ਨੇ ਹਜੇ ਤੱਕ ਵੀ ਇੱਕ ਪੈਸੇ ਦੀ ਮਦਦ ਇਸ ਨੌਜਵਾਨ ਨੂੰ ਨਹੀਂ ਕੀਤੀ ਜਿਹੜੇ ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਜਾਨ ਗਵਾਗੇ ਸੀ ਕਿਸਾਨ ਉਹਨਾਂ ਨੂੰ ਤਾਂ ਪਰਵਾਰਿਕ ਮੈਂਬਰਸ ਜਿਹੜੇ ਉਹਨਾਂ ਦੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲ ਗਈਆਂ ਉਹਨਾਂ ਨੂੰ ਮੁਆਵਜ਼ਾ ਵੀ ਮਿਲ ਗਿਆ ਪਰ ਅਜਿਹੇ ਕੁਝ ਨੌਜਵਾਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਹਾਦਸਾ ਹੋਇਆ ਦਿੱਲੀ ਕਿਸਾਨੀ ਅੰਦੋਲਨ ਦੇ ਦੌਰਾਨ ਉਹਨਾਂ ਨੌਜਵਾਨਾਂ ਨੂੰ ਮਦਦ ਨਹੀਂ ਮਿਲੀ ਦੋ ਨੌਜਵਾਨ ਸਾਡੇ ਧਿਆਨ ਵਿੱਚ ਨਹੀਂ ਇੱਕ ਕਬੱਡੀ ਖਿਡਾਰੀ ਸੀ ਉਸ ਦੀ ਵੀ ਜਿਹੜੀ ਕਾਫੀ ਜਿਹੜੀ ਲੱਤ ਦੇ ਵਿੱਚ ਇੰਜਰੀ ਹੋਈ ਉਸ ਨੂੰ ਵੀ ਜਿਹੜਾ ਕੋਈ ਮਦਦ ਨਹੀਂ ਦਿੱਤੀ ਸਾਡੇ ਨਾਲ ਹਰਪਾਲ ਮੌਜੂਦ ਨੇ ਗੱਲ ਬਰਕਰਾਰ ਕਰਦੇ ਹਰਪਾਲ ਚੜ੍ਹਦੀ ਕਲਾ ਦੇ ਵਿੱਚੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਹਾਂਜੀ ਚੜ੍ਹਦੀ ਕਲਾ ਜੀ ਕਿਵੇਂ ਹੁਣ ਸਿਹਤ ਦੇ ਵਿੱਚ ਸੁਧਾਰ ਹੋਇਆ ਕੋਈ ਹਾਂਜੀ ਸਿਹਤ ਚ ਕਾਫੀ ਸੁਧਾਰ ਹੋਇਆ ਜੀ ਕਾਫੀ ਹੁਣ ਤੱਕ ਵੈਸੇ ਤਾਂ ਮੇਰੇ 5 ਮੇਲੇ ਆਪਰੇਸ਼ਨ ਹੋ ਚੱਲੇ ਨੇ ਹੁਣ ਤੱਕ ਪੰਜ ਪ੍ਰੀਸ ਨੇ ਤੁਹਾਨੂੰ ਕਿਹੜੀ ਕਿਹੜੀ ਚੀਜ਼ ਹੋਈ ਨੇ ਹੁਣ ਤੱਕ ਮੇਰਾ ਸਭ ਤੋਂ ਪਹਿਲਾਂ ਜਿਹੜਾ ਐਕਸੀਡੈਂਟ ਹੋਇਆ ਸੀ ਜੀ ਮੇਰਾ ਗਰਦਨ ਦਾ ਆਪਰੇਸ਼ਨ ਹੋਇਆ ਸੀ ਉਹ ਦੂਜਾ ਉਸੇ ਟਾਈਮ ਲੱਤ ਲੱਤ ਮੇਰੀ ਫੇਚਰ ਹੋ ਗਈ ਸੀ ਜੀ ਉਸ ਤੋਂ ਬਾਅਦ ਘਰੇ ਜਦੋਂ ਗਏ ਘਰੇ ਬੰਦਾ ਰਫ ਸੀ ਕਰੇ ਐਕਸਰਸਾਈਜ਼ ਵਾਲਾ ਜੀ ਉਹਨੇ ਲੱਤ ਤੋੜਤੀ ਮੇਰੀ ਫੇਰ ਦੁਬਾਰਾ ਉਹੀ ਲੱਤ ਤੇ ਉਹਦਾ ਆਪਰੇਸ਼ਨ ਹੋਇਆ ਤੀਜਾ ਜੀ ਚੌਥਾ ਮੇਰਾ ਜੀ ਇੱ گەਲ ਚੰਮ ਜਮ ਗਿਆ ਸੀ ਇਹ ਰੀਡ ਦੀ ਹੱਡੀ ਕਾਰਨ ਇਹਦਾ ਆਪਰੇਸ਼ਨ ਹੋਇਆ ਜੀ ਪੰਜਵਾਂ ਮੇਰਾ ਲਾਸਟ ਜਿਹੜਾ ਹੁਣ ਹੋਇਆ ਜੀ 2 3 ਮਹੀਨੇ ਪਹਿਲਾਂ ਇੱਥੇ ਚੰਡੀਗੜ੍ਹ ਜੀ ਉਹ ਮੇਰਾ ਪਿੱਛੇ ਜਖਮ ਦਾ ਬਹੁਤ ਵੱਡਾ ਪਹਿਲਾਂ ਜਦੋਂ ਸਟਾਰਟਿੰਗ 'ਚ ਤੇ ਉਹ ਜ਼ਖਮ ਤਿੰਨ ਸਾਲ ਤੋਂ ਲਗਾਤਾਰ ਅਸੀਂ ਉਹਦੀ ਕੇਅਰ ਕਰਦੇ ਜਾਂਦੇ ਆਂ ਪਰ ਮੇਰੇ ਹਾਲਾਤਾਂ ਜਿੱਦਾਂ 24 ਘੰਟੇ ਬੈੱਡ ਦੇ ਪੈਨ ਕਰਕੇ ਬੈਠਣ ਕਰਕੇ ਉਹ ਜ਼ਖਮ ਜਿਹੜਾ ਪਰਨਾ ਬਹੁਤ ਔਖਾ ਜੀ ਤੇ ਡਾਕਟਰ ਨੇ ਕਿਹਾ ਸਲਾਹ ਲਈ ਡਾਕਟਰ ਦੀ ਉਹ ਕਹਿੰਦੇ ਤੁਹਾਨੂੰ ਜਿਹੜੀ ਇਹਦਾ ਆਪਰੇਸ਼ਨ ਕਰਕੇ ਹੀ ਜ਼ਖਮ ਤੋਂ ਠੀਕ ਹੋਣਾ ਤੇ ਲਾਸਟ ਟਾਈਮ ਉਹਦਾ ਆਪਰੇਸ਼ਨ ਕਰਕੇ ਅਸੀਂ ਜ਼ਖਮ ਤਾ ਜਿਹੜਾ ਅੱਜ ਮੇਰਾ ਮੈਂ ਬੈਠਣ ਜੋਗ ਹੋ ਗਿਆ ਜੀ ਉਹਦੇ ਨਾਲ ਹੁਣ 7 ਮਹੀਨੇ ਪਹਿਲਾਂ ਪਾਣੀ ਮੁਲਾਕਾਤ ਹੋਈ ਸੀ 7 ਮਹੀਨੇ ਤੋਂ ਬਾਅਦ ਹੁਣ ਕਿੰਨਾ ਕੁ ਸੁਧਾਰ ਤੁਹਾਡੀ ਸਿਹਤ ਦੇ ਵਿੱਚ ਆਇਆ 7 ਮਹੀਨੇ ਪਹਿਲਾਂ ਜੀ ਉਸ ਟਾਈਮ ਮੇਰਾ ਜਦੋਂ ਤੁਸੀਂ ਆਏ ਸੀ ਇੱਥੇ ਜਦੋਂ ਮੈਂ ਰਹਿੰਦਾ ਸੀ ਪਹਿਲੇ ਉੱਥੇ ਉਸ ਟਾਈਮ ਮੇਰਾ ਲੱਗਦਾ ਮੇਰਾ ਪ੍ਰੈਸ਼ਰ ਹੋ ਰਿਹਾ ਸੀ ਮੈਂ ਮੇਰਾ ਬੈਠਣਾ ਉਸ ਟਾਈਮ ਮੈਨੂੰ ਬੈਠਣਾ ਵੀ ਨਸੀਬ ਨਹੀਂ ਹੋਇਆ ਬੈੱਡ ਤੇ ਹੀ ਪੈ ਕੇ ਮੈਂ ਸਮਾਂ ਕੱਢਿਆ ਬਹੁਤ ਤੇ ਉਸ ਤੋਂ ਬਾਅਦ ਦੂਜਾ ਮੇਰਾ ਪ੍ਰੈਸ਼ਰ ਹਿੱਪਦਾ ਹੋਇਆ ਤੇ ਅੱਪ ਪਿੱਛੇ ਅੱਲਾ ਜਿਹੜੀ ਜ਼ਖਮ ਦਾ ਪਿੱਛੇ ਮੇਰਾ ਉਹਦਾ ਹੋਇਆ ਹੁਣ ਮੈਂ ਜਿਹੜੀ ਮੇਨ ਜਿਹੜੀ ਐਕਸਰਸਾਈਜ਼ ਮੇਰੀ ਹੁਣ ਸ਼ਾਰਟ ਹੋਈ ਹੈ ਜੀ ਤੇ ਹੁਣ ਮੈਂ ਜਿਹੜਾ ਬੀਚਰ ਤੇ ਬੈਹ ਜਾਂਦਾ ਜੀ ਟੇਬਲ ਲਿਆਂਦਾ ਟੇਬਲ ਬਾਹਰ ਪਿਆ ਉਹ ਟੇਬਲ 'ਵਾਲ ਮੈਂ ਖੜਾ ਹੋ ਜਾਂਦਾ ਕਿਉਂਕਿ ਡਾਕਟਰ ਕਹਿੰਦੇ ਵੀ ਤੁਹਾਡੇ ਹਾਲਾਤਾਂ 'ਚ ਖੜਨਾ ਤੁਹਾਨੂੰ ਬਹੁਤ ਜ਼ਰੂਰੀ ਹੈ ਬਿਲਕੁਲ ਵੀ ਹੱਡਾਂ ਤੇ ਜੋੜਾਂ ਤੇ ਵਜਨ ਪੈਣਾ ਬਹੁਤ ਜ਼ਰੂਰੀ ਹੈ ਤੇ ਉਹਦੇ ਨਾਲ ਫਿਰ ਜਿਹੜੀ ਰਿਕਵਰੀ ਬਹੁਤ ਛੇਤੀ ਆਂਦੀ ਹੈ ਜੀ ਤੇ ਹੁਣ ਜਿਹੜੀ ਮੇਰੀ ਅਸਲੀ ਜਿਹੜੀ ਐਕਸਰਸਾਈਜ਼ ਹੈ ਜਿਹੜੀ ਮੇਰੀ ਰੂਟੀਨ ਹੈ ਉਹ ਹੁਣ ਸ਼ੁਰੂ ਹੋਈ ਹੈ ਜੀ ਤੇ ਉਹਦੇ ਨਾਲ ਜਿਹੜਾ ਬੋਡੀ 'ਚ ਬਹੁਤ ਚੇਂਜਸ ਦੇਖਣ ਸਰੀਡ ਦਾ ਵੀ ਜਿਹੜੀ ਠੰਡਾ ਕਰਨ ਦਾ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਬਹੁਤ ਘੱਟ ਹੈ ਹਜਾ ਪਰ ਸਟਾਰਟ ਹੋ ਗਿਆ ਪਤਾ ਲੱਗਣਾ ਜੀ ਤੇ ਬਾਕੀ ਅੱਜ ਕਿੰਨਾ ਸਮਾਂ ਹੋ ਗਿਆ ਇਸ ਘੱਟਣ ਨੂੰ ਵਾਪਰ ਰਿਹਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੰਜੇ ਤੇ ਪਿਆ ਨੂੰ ਅੱਜ ਲਗਭਗ ਜੀ ਸਾਢੇ 3 ਸਾਲ ਹੋ ਚੱਲੇ ਲਗਭਗ ਮੈਨੂੰ ਮੰਜੇ ਦੇ ਪਏ ਨੂੰ ਤੇ ਪਹਿਲਾਂ ਚਲੋ ਹਾਲਾਤ ਮੇਰੇ ਬੜੇ ਖਰਾਬ ਸਨ ਪਰ ਹੁਣ ਜਿੱਦਾਂ ਲਗਾਤਾਰ ਮਿਹਨਤ ਕਰ ਰਹੇ ਆ ਜੀ ਆਪ ਵੀ ਵਾਈਫ ਦਾ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਇਹਨਾਂ ਨੇ ਚਲੋ ਆਪਣਾ ਤੇ ਛੱਡ ਕੇ ਆਪਣਾ ਘਰ ਪਰਿਵਾਰ ਛੱਡ ਕੇ ਇੱਥੇ ਮੇਰੇ ਕੋਲ ਆ ਕੇ ਇਹਨਾਂ ਨੇ ਮੇਰਾ ਹੌਸਲਾ ਵਧਾਇਆ ਤੇ ਮਿਹਨਤ ਕੀਤੀ ਨਾਲ ਤੇ ਇਹਨਾਂ ਦੇ 7:00 ਜੀ ਤੋਂ ਇੱਥੇ ਤੱਕ ਪਹੁੰਚ ਗਏ ਆ ਚਲੋ ਅੱਗੇ ਵੀ ਜਿਹੜੀ ਆਸ ਇਹੀ ਹੈ ਬਈ ਮਿਹਨਤ ਨਾਲ ਜਿਹੜਾ ਸੰਘਰਸ਼ ਕਰਦੇ ਕਰਦੇ ਆਪਾਂ ਆਪਣੇ ਪਰਾਂ ਦਾ ਵੀ ਇੱਕ ਦਿਨ ਇੱਕ ਦਿਨ ਇੱਕ ਨਾ ਇੱਕ ਦਿਨ ਜਰੂਰ ਆਵਾਂਗੇ ਸਰਪਾਲ ਪਾ ਜਿਕਰ ਕਰ ਰਹੇ ਸੀ ਗੱਲਬਾਤ ਕਰ ਰਹੇ ਸੀ ਜਦੋਂ ਪਹਿਲਾਂ ਤੁਸੀਂ ਕਿਹਾ ਕਿ ਮੱਝਾ ਵੀ ਕਰਦੀਆਂ ਵੇਚਣੀਆਂ ਪਈਆਂ ਕਰਦਾ ਜਿਹੜਾ ਮਾਪਿਆਂ ਦਾ ਸੋਨਾ ਸੀ ਜਿਹੜੇ ਵਿਰਸ਼ੇ ਚ ਵਿੱਚੋਂ ਮਿਲਿਆ ਸੀ ਜਾਂ ਬਣਾਇਆ ਸੀ ਉਹ ਵੀ ਤੁਹਾਨੂੰ ਗਹਿਣੇ ਤਰਨਾ ਪਿਆ ਜਿਹੇ ਹਾਲਾਤ ਵੀ ਆ ਗਏ ਸੀ ਹਾਂਜੀ ਹਾਂਜੀ ਪਹਿਲਾਂ ਜਦੋਂ ਸਟਾਰਟਿੰਗ ਜਦੋਂ ਐਕਸੀਡੈਂਟ ਹੋਇਆ ਜੀ ਉਸ ਟਾਈਮ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਇਹ ਇੰਨਾ ਇਲਾਜ ਜਿਹੜਾ ਮਹਿੰਗਾ ਏ ਜਾਂ ਇੰਨਾ ਟਾਈਮ ਸਰਵਾਈਵ ਕਰਨਾ ਪੈਣਾ ਬੈੱਡ ਤੇ ਪਰਵਾਹ ਵੀ ਚਲੋ ਮੱਧ ਵਰਗੀ ਪਰਿਵਾਰ ਹੈ ਘਰੇ ਮੱਝਾਂ ਧੀਆਂ ਜੀ ਥੋੜੀ ਬਹੁਤੀ ਜ਼ਮੀਨ ਹੈ ਆਪਣੇ ਜੋ ਖਾਣ ਪੀਣ ਜੋ ਕੀ ਕੰਮ ਕੋਈ ਜਾਂਦੀ ਜਾਂ ਮੱਕੀ ਤੇ ਪਰਿਵਾਰ ਨੂੰ ਵੀ ਉਸ ਟਾਈਮ ਕਿਉਂਕਿ ਉਸ ਟਾਈਮ ਇੱਕ ਦੋ ਬਾਰੇ ਘਰ ਆ ਕੇ ਜਿਹੜੇ ਕਿਸਾਨ ਜਿੱਥੇ ਬੰਦੇ ਨੇ ਮਦਦ ਕੀਤੀ ਹੈ ਪਰ ਹੁਣ ਤੋਂ ਬਦਲਾ ਲਾਜ ਰਲਾ ਬਹੁਤ ਲੰਬਾ ਚੱਲੇ ਆ ਮੇਰਾ ਉਹਨਾਂ ਨੂੰ ਘਟਦਿਆਂ ਨੂੰ ਫਿਰ ਉਸ ਟਾਈਮ ਕਿਹਦੇ ਹੱਥ ਪਰ ਅਟਕੇ ਬੰਦਨਾ ਪੈਸੇ ਮੰਗਣੇ ਜੋ ਕਰੇ ਹੁੰਦਾ ਪਰ ਮਨ ਲੋ ਰਸਤੇ ਨਾਲ ਮਦਦ ਕੀਤੀ ਹੈ ਜੀ ਘੜ ਦੇ ਨੇ ਵੀ ਗਹਿਣੇ ਘਟੇ ਰੱਖੇ ਤੇ ਉਹਦੇ ਬਾਅਦ ਮੇਹ ਜਿਹੜਾ ਮੇਰਾ ਹਾਲਾ ਚੱਲਿਆ ਜੀ ਤੇ ਹੁਣ ਵੀ ਜਿੱਦਾਂ 3 ਸਾਲ ਹੋ ਚਲੇ ਲਈ ਹੁਣ ਵੀ ਕਈ ਵਾਰੀ ਮਜ਼ਦੂਰੀ ਜੀ ਕਈ ਵਾਰੀ ਫੜ ਫੜ ਕੇ ਕਿਸੇ ਦੇ ਪੈਸੇ ਲੱਗੇ ਜਿਹੜਾ ਮਨ ਲੋ ਜੋ ਜੋ ਚੀਜ਼ ਹੈ ਨਾ ਮੈਨੂੰ ਕਰਨੀ ਪੈਂਦੀ ਮੇਰੇ ਹਾਲਾਤਾਂ ਚ ਉਹ ਕਰਦੇ ਪੂਰੀ ਕਰਦੇ ਨੇ ਜੀ ਹਾਂ ਜਿਹੜੀ ਰੀੜ ਦੀ ਹੱਡੀ ਜੀ ਸੱਟ ਲੱਗੀ ਸੀ ਮਣਕਾ ਤੁਹਾਡੇ ਚ ਪ੍ਰੋਬਲਮ ਆਈ ਸੀ ਉਹ ਸਥਿਤੀ ਕਿੱਥੇ ਗਾ ਹੁਣ ਉਹ ਉਹਦਾ ਕਿੰਨੀ ਕਰ ਕਵਰ ਹੋ ਗਈ ਹੈ ਕੀ ਕਹਿ ਰਹੇ ਇੰਡੈਕਟਰ ਹੁਣ ਡਾਕਟਰ ਦੇਖੋ ਜੀ ਹੁਣ ਮੇਰਾ ਹੱਡੀ ਦੇ ਹੱਥੋਂ ਕੈਮਰੀ ਗਾੜ ਦੰਦੋਂ ਨਾ ਜੀ ਥੱਲੇ ਸਰੀਰ ਸਾਰਾ ਲਗਭਗ ਪੈਰਲਾਈਜ਼ ਆ ਪਹਿਲਾਂ ਹੁਣ ਕਾਫੀ ਇਪਰੂਵਮੈਂਟ ਆ ਰਹੀ ਹੈ ਬੈਕ ਚ ਵੀ ਪਾਵਰ ਆ ਰਹੀ ਹੈ ਡਾਕਟਰ ਘੜੀ ਡੇਲੀ ਆਂਦੇ ਨੇ ਤੇ ਉਹ ਡੇਲੀ 1.5-2 ਘੰਟੇ ਮੈਨੂੰ ਐਕਸਰਸ ਕਰਾਉਂਦੇ ਨੇ ਬੈਠ ਕੇ ਖੜਾ ਕੇ ਤੇ ਬੈੱਡ ਦੇ ਜਿਹੜੀ ਐਕਸਰਸ ਹੁੰਦੀ ਹੈ ਫਿਓਥੈਰੇਪੀ ਨਾ ਜੀ ਉਹਦੇ ਨਾਲ ਲੱਤਾਂ ਚ ਵੀ ਮੇਰੀ ਪਾਵਰ ਆ ਰਹੀ ਹੈ ਹੌਲੀ ਹੌਲੀ ਲੱਤਾਂ ਚ ਵੀ ਜਾਨ ਆ ਰਹੀ ਹੈ ਦੇਖਣ ਨੂੰ ਹੁਣ ਜਿਹੜੇ ਕਾਫੀ ਵੀਰ ਭੈਣ ਬਣ ਪੁੱਛਦੇ ਨੇ ਵੀ ਤੁਸੀਂ ਇਹ ਤੁਰ ਤੁਰਦੇ ਦਾ ਨਹੀਂ ਹੈ ਜਾਂ ਤੁਸੀਂ ਆਪ ਨਹੀਂ ਬੈ ਮੈਨੂੰ ਕੱਲੇ ਇਹ ਵੀ ਜਿਹੜੀ ਮਸਲ ਦੀ ਪਾਊਡਰ 3 ਸਾਲ ਤੋਂ ਲਗਾਤਾਰ ਪੈਨ ਕਰਕੇ ਨਾ ਜਿਹੜੀ ਮਸਲ ਬਾਬਰ ਆ ਬਿਲਕੁਲ ਬੀਕ ਹੋ ਜਾਂਦੀ ਹੈ ਜੀ ਉਹਨੂੰ ਮਸਲ ਪਾਊਡਰ ਨੂੰ ਰਿਕਵਰ ਕਰਨ ਨੂੰ ਟਾਈਮ ਬਹੁਤ ਲੱਗਦਾ ਜੀ ਖਾਸ ਕਰ ਇਹ ਸੱਟ ਵਿੱਚ ਕਿਉਂਕਿ ਜਦੋਂ ਬੰਦਾ ਜਿਹੜਾ ਬੈਠ ਕੇ ਇੱਕ ਜਗ੍ਹਾ ਜਾ ਪੈ ਗਈ ਹੰਡਾਉਂਦਾ ਹੈ ਆਪਣਾ ਬੰਦਾ ਨਾ ਤੇ ਤੁਰਨਾ ਬੰਦ ਨਾ ਫਿਰਨਾ ਬੰਦ ਹੋ ਜਾਂਦਾ ਉਹਦੇ ਕਾਰਨ ਜਿਹੜੀ ਮਸਲ ਪਾਊਡਰ ਆ ਬਹੁਤ ਯਾਨੀ ਕਿ ਸਲੋ ਆਂਦੀ ਹੈ ਜੀ ਖਾਸ ਕਰ ਇੱਥੇ ਇੰਡੀਆ ਜਿੱਦਾਂ ਆਪਣਾ ਜਿਹੜਾ ਇਲਾਜ ਆ ਘਰੇ ਤਾਂ ਜਿੱਦਾਂ ਹੁਣ ਸਿੰਪਲ ਜਿਹੜਾ ਦੇਂਦਿਆਂ ਦੋ ਟਾਈ ਘੰਟੇ ਐਕਸਰਸ ਮੈਂ ਕਰਦਾ ਆਪ ਮੇਰੀ ਵਾਈਫ ਨਾਲ ਸਵੇਰੇ ਸ਼ਾਮ ਨੂੰ ਡਾਕਟਰ ਘਰ ਆਉਂਦੇ ਨੇ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਫਿਰ ਮੈਂ ਐਕਸਰਸ ਕਰਦਾ ਤੇ ਉਹ ਨਾਲ ਜ ਜਿੰਨੀ ਮਨ ਲੋ ਜਿੰਨੀ ਮਸਲ ਪਾਵਰ ਰਿਕਵਰੀ ਹੁੰਦੀ ਹੈ ਉਹਦੇ ਨਾਲ ਜਿਹੜਾ ਆਪਣਾ ਹੁਣ ਇਸ ਟਾਈਮ ਮੇਰਾ ਟਾਈਮ ਪਾਸ ਹੋ ਰਿਹਾ ਜੀ ਬਾਕੀ ਜਿਹੜਾ ਮੇਨ ਇਲਾਜ ਹੈ ਜੀ ਉਹ ਤਾਂ ਜਿਹੜੀ ਇਹਦੀ ਪ੍ਰੋਟੋਕੋਲ ਜਿਹੜਾ ਮੇਨ ਹੈ ਇਲਾਜ ਦਾ ਉਹ ਤਾਂ ਬਹੁਤ ਡਿਫਰੈਂਟ ਹੈ ਇਸ ਸੀਨ ਨਾਲ ਉਹ ਤਾਂ ਚਲੋ ਬਾਹਰ ਸਿੰਗਾਪੁਰ ਇਲਾਜ ਹੈਗਾ ਇਹਦਾ థਾਈਲੈਂਡ ਇਲਾਜ ਹੈਗਾ ਸਪੇਨ ਚ ਵੀ ਇਲਾਜ ਹੈਗਾ ਪਰ ਉਹ ਪੈਸੇ ਦੀ ਕਮੀ ਕਰ ਨਾਲ ਜਿਹੜਾ ਫਿਰ ਆਪ ਵਿਚਰੋ ਸਰੀਰ ਪਿਆ ਪਿਆ ਜਾਮਨਾ ਹੋਵੇ ਤਾਂ ਫਿਰ ਸਾਨੂੰ ਘਰੇ ਜਿਹੜਾ ਐਫਰਟ ਕਰਨਾ ਪੈਂਦਾ ਰੋਜ਼ਾਨਾ ਇਸ ਚੀਜ਼ ਨੂੰ ਵੀ ਜਿਹੜੀ ਮੇਰੀ ਬੋਡੀ ਹੈ ਇੱਕ ਜਗ੍ਹਾ ਪਈ ਜਾਮਨਾ ਹੋ ਜਾਵੇ ਕਿੰਨੇ ਘੰਟੇ ਸਵੇਰੇ ਲਾਉਨੇ ਹੋ ਕਿੰਨੇ ਘੰਟੇ ਸ਼ਾਮ ਨੂੰ ਲਾਉਨੇ ਹੋ ਰੋਜ਼ ਮਿਹਨਤ ਵੀ ਕਰਨੀ ਪੈਂਦੀ ਹੈ ਕਿੰਨਾ ਕੁ ਸਮਾਂ ਲੱਗ ਜਾਂਦਾ ਫਿਰ ਆ ਸਮਾਂ ਜੀ ਦੇਖੋ ਸਵੇਰੇ ਉੱਠ ਖਾਣਾ ਪੀਣਾ ਖਾਣ ਤੋਂ ਬਾਅਦ 2.5 3 ਘੰਟੇ ਸਵੇਰੇ ਕਰਾਂਦੀ ਮੇਰੀ ਵਾਈਫ ਐਕਸਰਸਾਈਜ਼ ਤੇ ਉਸ ਬਾਅਦ ਸ਼ਾਮ ਨੂੰ ਡਾਕਟਰ ਘਰੇ ਆਏ ਨੇ ਉਹ ਵੀ 1.5-2 ਘੰਟੇ ਐਕਸਰਸਾਈਜ਼ ਕਰਾਉਂਦੇ ਆ ਜੀ ਬਾਕੀ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਨੇ ਫਿਰ ਬੱਡ ਦੀ ਲਤਾਵਾਂ ਸਰਚ ਕਰਨੀਆਂ ਪਾਮਾਂ ਸਰਚ ਕਰਨੀਆਂ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਬੋਡੀ ਰੈਲੈਕਸ ਹੋਣੀ ਜ਼ਰੂਰੀ ਹੈ ਤਾਂ ਉਹਦੇ ਕਰਨ ਵੀ ਜਿਹੜਾ ਸਰਕਲ ਖੂਨ ਦਾ ਚੱਲਦਾ ਰਹੇ ਤੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਮੁਲਕਾਂ ਦਾ ਜ਼ਿਕਰ ਕੀਤਾ ਕਿ ਉਹ ਮੁਲਕ ਅਜਿਹੇ ਨਹੀਂ ਕਿ ਉੱਥੇ ਇਲਾਜ ਜ਼ਰੂਰ ਹੁੰਦਾ ਹੈ ਪੈਸਾ ਬਹੁਤ ਜ਼ਿਆਦਾ ਲੱਗਦਾ ਕਿੰਨਾ ਕ ਪੈਸਾ ਲੱਗ ਜਾਂਦਾ ਉੱਥੇ ਜੇਕਰ ਉਹ ਉਦੋਂ ਕੋਈ ਮਦਦ ਪਹੁੰਚਦੀ ਜਾਂ ਸੰਯੁਕਤ ਕਿਸਾਨ ਮੋਰਚਾ ਕਰਦਾ ਤਾਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਇਲਾਜ ਕਰਾਇਆ ਜਾ ਸਕਦਾ ਸੀ ਹੁਣ ਤੱਕ ਸਿਹਤ ਦੇ ਵਿੱਚ ਸੁਧਾਰ ਹੋ ਸਕਦਾ ਸੀ ਬਿਲਕੁਲ ਜੀ ਬਿਲਕੁਲ ਜਦੋਂ ਪਹਿਲੀ ਵਾਰੀ ਮੇਰੀ ਵਾਈਫ ਵਾਇਸ ਹੈ ਜੀ ਇਹਨਾਂ ਨੇ ਮੈਂ ਦੱਸਿਆ ਸੀ ਉੱਥੋਂ ਇਹਨਾਂ ਦੇ ਕਲੰਬੀਆ ਵੀ ਇਲਾਜ ਹੈ ਕਾ ਬਹੁਤ ਵਧੀਆ ਉੱਥੇ ਵੀ ਜਿਹੜੇ ਸੈਂਟਰ ਕਾਫੀ ਚੰਗੇ ਨੇ ਡਾਕਟਰ ਕਾਫੀ ਚੰਗੇ ਨੇ ਉੱਥੇ ਰਹਿ ਕੇ ਬੰਦਾ ਉਹ ਮੇਨ ਸਾਰੀ ਗੱਲ ਪੈਸੇ ਦੀ ਸਾਰੀ ਗੱਲ ਪੈਸੇ ਉਪਰ ਆ ਕੇ ਮੁੱਕ ਜਾਂਦੀ ਹੈ ਕਿਉਂਕਿ ਹੁਣ ਜੇ ਉੱਥੇ ਵੈਸੇ ਹੁਣ ਸਪੇਨ ਚ ਵੀ ਗੱਲ ਕੀਤੀ ਅਸੀਂ ਦੋਸਤ ਹੈਗਾ ਸੀ ਉੱਥੋਂ ਇਹਨਾਂ ਦਾ ਉੱਥੇ ਕੋਈ ਉਹਨਾਂ ਨੇ ਕਿਹਾ ਸੀ ਵੀ ਉੱਥੇ ਤੁਹਾਨੂੰ ਆ ਕੇ ਇੱਕ ਵਾਰੀ ਪਤਾ ਕਰਨਾ ਪੈਣਾ ਤੁਹਾਡਾ ਜਿਹੜਾ ਪੇਸ਼ੈਂਟ ਹੈ ਨਾ ਉਹਨਾਂ ਨੂੰ ਅਨਾਲਾਈਜ਼ ਕਰਨਾ ਪੈ ਪਰ ਉਹ ਪੈਸੇ ਦੀ ਕਮੀ ਕਣ థਾਈਲੈਂਡ ਵੀ ਇਲਾਜ ਆ ਜਾਏਗਾ ਸਿੰਗਾਪੁਰ ਵੀ ਇਲਾਜ ਆ ਜਾਏਗਾ ਇਸ ਚੀਜ਼ ਦਾ ਤੇ ਹੋਰ ਕਾਫੀ ਤਰ੍ਹਾਂ ਦੇ ਇਲਾਜ ਹੈਗੇ ਆ ਪਰ ਉਹ ਹੁਣ ਆਪਣੇ ਇੰਡੀਆ ਚ ਵੀ ਹੈਗੇ ਆ ਇੰਡੀਆ ਚ ਮੰਨ ਲਓ ਇਹ ਜੀ ਪੋਸੀਬਲ ਨਹੀਂ ਹੈ ਜਾਂ ਬਾਹਰ ਵੀ ਹੈ ਕਿਉਂਕਿ ਪੈਸਾ ਸਾਰੇ ਕਿ ਜਗਹ ਜਿਹੜਾ ਇਲਾਜ ਆ ਪੈਸੇ ਨਾਲ ਹੀ ਹੈ ਜੀ ਤੇ ਪੈਸੇ ਦੀ ਕਮੀ ਕਣ ਸਾਨੂੰ ਜਿਹੜਾ ਜਿੰਨਾ ਵੀ ਐਫਰਟ ਹੈ ਉਹ ਮੇਰੀ ਭਾਈ ਬਾਹਰੋਂ ਆਪਣਾ ਘਰਵੜ ਛੱਡ ਕੇ ਇੱਥੇ ਆਈ ਮੇਰੇ ਕੋਲ ਨੂੰ ਪਤਾ ਜੇ ਇਹਨਾਂ ਕੋਲ ਇੰਨੀ ਮੰਨ ਲਓ ਪਾਵਰ ਹੁੰਦੀ ਪੈਸੇ ਦੀ ਤਾਂ ਮੈਨੂੰ ਆਪ ਬਾਹਰ ਲੈ ਜਾਂਦੇ ਜਨਵਰੀ ਚ ਅਸੀਂ ਬਾਮੜਾ ਵੀਜ਼ਾ ਅਪਲਾਈ ਕੀਤਾ ਸੀ ਮੈਂ ਤੁਹਾਨੂੰ ਦੱਸ ਜਨਵਰੀ 2018 ਕੀਤਾ ਜੀਮ ਉਸ ਟਾਈਮ ਅੰਬੈਸੀ ਨੇ ਵੀ ਰਿਫਿਊਜ਼ ਕਰਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਸਪੈਨਲ ਕੋਡ ਬੰਦਾ ਇੰਜਰੀ ਪੇਸ਼ੈਂਟ ਹੈ ਬਾਹਰ ਜਾਣਾ ਨਹੀਂ ਕੋਲੰਬੀਆ ਜਾਂ ਹੋਰ ਦੇਸ਼ ਕਿਤੇ ਵੀ ਪੈਸਾ ਸਫੀਸ਼ੀਐਂਟ ਹੈ ਨਹੀਂ ਹੈ ਇਲਾਜ ਕਰਾਉਣ ਵਾਸਤੇ ਤਾਂ ਕੱਲੋ ਮੰਨ ਲਓ ਉੱਥੇ ਕੋਈ ਦਿੱਕਤਾਂ ਦੀਆਂ ਮੰਨੀਆਂ ਸੀ ਇਹਨਾਂ ਨੇ ਦੇਸ਼ ਦੇ ਬਾਹਰ ਸਾਡੇ ਦੇਸ਼ ਦੇ ਬਾਹਰ ਹੀ ਹੋਣਾ ਕਿਉਂਕਿ ਇਹਨਾਂ ਕੋਈ ਪੈਸਾ ਨਹੀਂ ਹੈ ਪ੍ਰੋਪਰ ਤਸਾਨੀ ਸਾਰੀ ਜਿਹੜੇ ਵੀ ਪਾਸੋਂ ਆਪਾਂ ਜਾਈਏ ਤਾਂ ਸਾਰੀ ਜਿਹੜੀ ਗੱਲ ਹੈ ਉਹ ਪੈਸੇ ਤੇ ਆ ਮੁੱਕਦੀ ਹਾਂਜੀ ਹਾਂਜੀ ਫਿਰ ਉਹਨਾਂ ਰਿਜੈਕਟ ਕਰਤਾ ਜੀ ਹਾਂ ਉਹ ਰਿਜੈਕਟ ਹੋ ਗਿਆ ਵੀਜ਼ਾ ਜੀ ਕਿਉਂਕਿ ਪੈਸਾ ਨਹੀਂ ਹੋਣ ਕਰਨ ਤੇ ਉਹ ਜਿਹੜਾ ਫਿਰ ਉਹਨਾਂ ਨੇ ਵੀਜ਼ਾ ਕੈਨਸਲ ਕਰਤਾ ਜੀ ਹੁਣ ਇਲਾਜ ਆ ਜਿਹੜਾ ਤੁਹਾਡਾ ਕਿਹੜੇ ਕਿਹੜੇ ਹਸਪਤਾਲ ਤੋਂ ਚੱਲਦਾ ਹੁਣ ਕਿਸ-ਕਿਸ ਚੀਜ਼ ਦਾ ਇਲਾਜ ਚੱਲ ਰਿਹਾ ਇਲਾਜ ਦੇਖੋ ਜੀ ਮੇਰਾ ਪਹਿਲਾਂ ਦੋ ਜਿਹੜਾ ਪ੍ਰੈਸ਼ਰ ਹੋਇਆ ਜੀ ਉਹਦਾ ਉਹਨਾਂ ਦੀ ਮੈਡੀਸਿਨ ਚੱਲੀ ਹਫਤੇ ਬਾਅਦ ਡਾਕਟਰ ਕੋਲ ਜਾ ਕੇ ਚੈੱਕ ਕਰਾਉਣਾ ਪੈਂਦਾ ਸੀ ਹੁਣ ਤਾਂ ਲੱਗਦਾ ਲਾਸਟ ਵਾਰੀ ਮੈਂ ਲਗ ਹੇ ਹੁਣ ਤਾਂ ਵੈਸੇ ਡਾਕਟਰ ਕੋ ਜਾਣ ਦੀ ਲੋੜ ਨਹੀਂ ਪੈਂਦੀ ਫੋਨ ਤੇ ਚਲੋ ਜੋ ਜੇ ਦਿੱਕਤ ਆਉਂਦੀ ਹੈ ਕੋਈ ਤਾਂ ਫੋਨ ਤੇ ਮੈਂ ਉਹਨਾਂ ਨੂੰ ਪੁੱਛ ਲੈਂਦਾ ਜੀ ਤੇ ਮੈਡੀਸਨ ਜਿਹੜੀ ਪੱਕੀ ਚੱਲਦੀ ਹੈ ਜੀ ਮੇਰੀ ਜਖਮ ਦੀ ਪਿੱਛੇ ਜਿਹੜਾ ਪਹਿਲਾ ਸੀ ਹੁਣ ਤਾਂ ਚਲੋ ਕਵਰ ਹੋ ਗਿਆ ਪੂਰਾ ਜਾਂ ਕਈ ਵਾਰੀ ਜੂਰੀਨ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਸਰੀਰ ਤੇ ਜਾਂ ਕਈ ਵਾਰੀ ਬੁਖਾਰ ਚੜ ਜਾਂਦਾ ਕਿਉਂਕਿ ਮੌਸਮ ਬਦਲਣ ਦੇ ਕਾਰਨ ਕਈ ਵਾਰ ਤੇ ਬੋਡੀ ਨੂੰ ਨਹੀਂ ਲੱਗਦਾ ਪਤਾ ਬੁਖਾਰ ਚੜ ਜਾਂਦਾ ਜਾਂ ਹੋਰ ਦਿੱਕਤਾਂ ਆ ਲੱਭ ਨੇ ਉਹਦੇ ਵਾਸਤੇ ਹੁਣ ਤੁਸੀਂ ਦੇਖਿਆ ਬੈਠਣ ਤੋਂ ਪਹਿਲਾਂ ਮੈਂ ਦੋ ਮੈਂ ਦੋ ਕੈਪਸੂਲ ਖਾਦੇ ਸੀ ਉਹ ਇਸੇ ਕਾਰਨ ਦਾ ਕਿਉਂਕਿ ਬੋਡੀ ਨੂੰ ਜਿਹੜੀ ਆਜ਼ਾਦ ਨਹੀਂ ਹੁੰਦੀ ਮੈਨੂੰ ਐਦਾ ਬੈਠਣ ਦੀ ਜਾਂ ਹੋਰ ਕੰਮ ਕਰਨ ਦੀ ਉਹਦੇ ਕਰਕੇ ਦਿਮਾਗ ਨੂੰ ਹੋਰ ਤਰ੍ਹਾਂ ਦਾ ਮਹਿਸੂਸ ਹੁੰਦਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸ਼ਬਦਾਂ ਚ ਉਹਦੇ ਕਰਕੇ ਫਿਰ ਦਵਾਈ ਡਾਕਟਰ ਨਸੀਮ ਐਨੂੰ ਉਹ ਖਾਣੀ ਪੈਂਦੀ ਜੇ ਬੈਠਣਾ ਤੁਸੀਂ ਖਾਣੀ ਪਊਗੀ ਹਾਂਜੀ ਹਾਂਜੀ ਉਹ ਉਹਨੂੰ ਖਾ ਕੇ ਜਾਂ ਉਹਨੂੰ ਲੈ ਕੇ ਮੈਂ ਉਹ ਵੈਰੀ ਐਕਟੀਵਿਟੀ ਕਰ ਸਕਦਾ ਆਪਣੀ ਹਾਈਬ੍ਰਿਡ ਕਿਹੜੇ ਹਸਪਤਾਲ ਚ ਲੱਚ ਚੱਲਦਾ ਪ੍ਰਾਈਵੇਟ 40s ਉਨ ਲੱਚ ਚੱਲਦਾ ਜੀ ਮੇਰਾ ਹੁਣ ਤੇ ਵੈਸੇ ਪੀਜੀਆਈ ਮੈਂ ਪਹਿਲਾਂ ਵੀ ਮੇਰਾ ਇਲਾਜ ਚੱਲਿਆ ਪੀਜੀਆਈ ਤੇ ਉਦੋਂ ਪਹਿਲਾਂ ਪ੍ਰਾਈਵੇਟ ਜ਼ਿਲ੍ਹਾ ਲਾਜ ਇੱਥੇ 8 ਸੈਕਟਰ ਹੈ ਡਾਕਟਰ ਗੌਰਵ ਸ਼ਰਮਾ ਉਹਨਾਂ ਨੇ ਮੇਰਾ ਇਹ ਪਤਾ ਲਾਚ ਕੀਤਾ ਸੀ ਯਾਨੀ ਕਿ ਤਾਂ ਅਲੱਗ-ਅਲੱਗ ਜਗ੍ਹਾ ਜਿੱਥੋਂ ਜ਼ਰੂਰਤ ਪੈਂਦੀ ਹੈ ਸਾਨੂੰ ਉੱਥੇ ਸਾਨੂੰ ਜਾਣਾ ਪੈਂਦਾ ਜੀ ਹੁਣ ਹਰ ਰੋਜ਼ ਦਾ ਕਿੰਨਾ ਖਰਚ ਆ ਰਿਹਾ ਟੋਟਲ ਅੱਜ ਤੱਕ ਦੇ ਇਲਾਜ ਸਾਢੇ 3 ਸਾਲਾਂ ਦੇ ਵਿੱਚ ਕਿੰਨਾ ਪੈਸਾ ਲੱਗ ਚੁੱਕਿਆ ਤੁਹਾਡਾ ਉਹਨਾਂ ਲਗਭਗ ਜੀ ਵੈਸੇ ਮੇਰੇ ਕੋਲ ਬਿੱਲ ਵੀ ਪਏ ਨੇ ਜੇ ਗੈਸ ਲਈਏ ਚਲੋ ਗੈਸ ਗਲਤ ਨਹੀਂ ਹੈ ਮੈਂ ਆਪਣੇ ਜਿੰਨਾ ਵੀ ਚਲੋ ਠੰਡ ਆਇਆ ਮੈਂ ਤੇ ਲਗਭਗ 22 ਲੱਖ ਦੇ ਕਰੀਬ ਜਿਹੜਾ ਮੇਰਾ ਖਰਚਾ ਹੋ ਗਿਆ ਜੀ 25 ਲੱਖ ਕ੍ਰੋਸ ਹੋ ਗਿਆ ਜੀ ਹੁਣ ਤੱਕ ਦਾ ਹਾਂਜੀ ਜਿਹੜਾ ਮਤਲਬ ਹੁਣ ਵੀ ਖਰਚਾ ਹੋ ਰਿਹਾ ਡੇਲੀ ਦਾ 600 ਰੁਪਏ ਜਿੱਦਾਂ ਜਿਹੜੇ ਡਾਕਟਰ ਘਰ ਆਂਦੇ ਨੇ ਉਹ ਲੈਂਦੇ ਨੇ ਐਕਸਰਸਾਈਜ਼ ਦਾ ਤੇ ਦੂਜਾ ਖਾਣ ਪੀਣ ਦਾ ਖਰਚਾ ਪਾਈਪ ਜਿਹੜੀ ਕੰਮ ਨਹੀਂ ਕਰ ਸਕਦੀ ਕਿਉਂਕਿ ਇਹ ਵੀ ਆਪਣਾ ਦੇ ਛੱਡ ਗਿਆ ਇੱਥੇ ਬੈਠੇ ਨੇ ਮੇਰੀ ਗੇਰ ਕਣੀ ਪੰਦੀ ਚੋਬੀ ਕੈਂਟ ਤੇ ਬਾਕੀ ਚਲੋ ਰੱਬ ਨਾ ਕਰੇ ਕੱਲੂ ਇਹ ਬਿਮਾਰ ਹੋ ਗਏ ਤੇ ਇਹਨਾਂ ਨੇ ਕਿੱਥੇ ਦਾ ਖਰਚਾ ਕਰ ਲੈਣਾ ਆਪਣਾ ਤੇ ਮੈਂ ਤਾਂ ਮਨਜੇ ਤੇ ਸੋ ਇਹ ਗੱਲਾਂ ਸੋਚ ਕੇ ਗਈ ਬੜੀ ਮਨ ਖ ਆਪ ਤਾਂ ਚਲੋ ਮੈਂ ਕਿਹਲੀ ਹੋਇਆ ਹੋਇਆ ਤਾਂ ਜਿਹੜਾ ਨਾਲ ਚੰਗਾ ਭਲਾ ਬੰਦਾ ਤੁਰਦਾ ਫਿਰਦਾ ਆਪਣੀ ਮਨ ਲੋ ਦੇਸ਼ ਛੱਡ ਕੇ ਆਪਣਾ ਸਾਰਾ ਕੁਝ ਛੱਡ ਕੇ ਮੇਰੇ ਕੋਲ ਆ ਕੇ ਉਹ ਵੀ ਵੱਜ ਗਿਆ ਸੋ ਇੱਚੇ ਸੋਚ ਕੇ ਮਨ ਕਈ ਵਾਰੀ ਖਰਾਬ ਹੋ ਜਾਂਦਾ ਮੇਰਾ ਵੀ ਭਈ ਬਹੁਤ ਮਾੜਾ ਹੋਇਆ ਜੋ ਇੱਕ ਤੁਹਾਡੀ ਵੀਡੀਓ ਵੀ ਹੁਣ ਤੁਹਾਡੀ ਮਾਤਾ ਦੇ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਕੋਸਬੀਰ ਹੋ ਵੀ ਕੀ ਸਾਜੇ ਨਾ ਜਾਂਦਾ ਮੈਂ ਉਹ ਹਾਲਾਤ ਨਾ ਬਣਨੇ ਸੀ ਨਾ ਅੱਜ ਮੰਨ ਦੇ ਵਿੱਚ ਹੁੰਦਾ ਕਈ ਵੇਰ ਪਸਤਾਵਾ ਵੀ ਨਾ ਕਿਸੇ ਨੇ ਮਦਦ ਕੀਤੀ ਵੀ ਅੱਜ ਇਹ ਹਾਲਾਤ ਬਣ ਗਏ ਨੇ ਨਹੀਂ ਕਿਤੇ ਬਾਹਰ ਜਾ ਕੇ ਹੁਣ ਸੈੱਟ ਹੋਇਆ ਪਿਆ ਹੁਣ ਅਸੀਂ ਕੰਮ ਕਾਰੋਬਾਰ ਵਧੀਆ ਸੀ ਹਾਂਜੀ ਹਾਂਜੀ ਬਿਲਕੁਲ ਪਸਤਾਵਾ ਤਾਂ ਹੁੰਦੇ ਆ ਜੀ ਕਿਉਂਕਿ ਜੇ ਮੈਂ ਪਹਿਲਾਂ ਸਾਰੇ ਨਾਲ ਲਾਂਦੇ ਆ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਜਾਂ ਪੰਜਾਬੀ ਪੰਜਾਬੀ ਦੇ ਨਾਲ ਲਾਂਦੇ ਆ ਅਸੀਂ ਉਹ ਚੀਜ਼ਾਂ ਨੂੰ ਸੋਚ ਕੇ ਆਪਣੇ ਦਿਲ ਤੇ ਲਾਈ ਗੱਲ ਬਾਈ ਜਦ ਅਸੀਂ ਵੀ ਆਹ ਚਲੋ ਕੱਲੂ ਮੈਂ ਬਾਹਰ ਚ ਲੱਗਿਆ ਸ਼ਾਇਦ ਮੋਰਚਾ ਆਪਣੀ ਕਿਦਾ ਫਤਿਹ ਹੋਣਾ ਜਾਂ ਨਹੀਂ ਫਤਿਹ ਹੋਣਾ ਇੱਕ ਵਾਰੀ ਜਾਣ ਤੋਂ ਪਹਿਲਾਂ ਆਪਣੀ ਹਾਜ਼ਰੀ ਭਰੀ ਹੈ ਉਹ ਮੈਨੂੰ ਐ ਨਹੀਂ ਪਤਾ ਵੀ ਉੱਥੇ ਜਾ ਕੇ ਮੇਰਾ ਜਿਹੜਾ ਉਹ ਮੇਰਾ ਜਿੰਦਗੀ ਮੇਰੀ ਬਲ ਜਾਣੀ ਪੂਰੀ ਤੇ ਦੂਜੀ ਗੱਲ ਹੈ ਜੇ ਇਹਨਾਂ ਇਹਨਾਂ ਬਾਰੇ ਇੰਨਾ ਪਤਾ ਹੁੰਦਾ ਮੈਨੂੰ ਵੀ ਮੰਨ ਲਓ ਆਪਣਾ ਸਿਰ ਮਤਲਬ ਕੱਢਣ ਵਾਸਤੇ ਇਹਨਾਂ ਨੇ ਜਾਂ ਆਪਣਾ ਪੈਸਾ ਇਕੱਠਾ ਕਰਨ ਵਾਸਤੇ ਇਹਨਾਂ ਨੇ ਵੀ ਰਾਂ ਦੇ ਜਿਹੜੀ ਜਿੰਨੀ ਫੰਡਿੰਗ ਹੋਈ ਇਹਨੇ ਆਪਣੇ ਮੰਨ ਲਓ ਆਪਣੇ ਫਾਇਦੇ ਵਾਸਤੇ ਹੀ ਉਹ ਕੰਮ ਕਰਨਾ ਸੀ ਤਾਂ ਮੈਂ ਕਹਾਂ ਨੂੰ ਜਾਂਦਾ ਪਰ ਚਲੋ ਹੁਣ ਜਿੱਦਾਂ ਹੁਣ ਵੀ ਜੇ ਲੋਕ ਕਾਫੀ ਤੁਸੀਂ ਪਹਿਲਾਂ ਵੀ ਤੁਸੀਂ ਦੱਸਿਆ ਬਈ ਤੂੰ ਸੀ ਕਈ ਗੱਲ ਕੀਤੀ ਮੈਂ ਫੋਨ ਤੇ ਵੀ ਕਈ ਨਾ ਗੱਲ ਹੁੰਦੀ ਸਾਰੇ ਗੱਲਾਂ ਚ ਗੱਲਾਂ ਗੱਲਾਂ ਚ ਮੈਨੂੰ ਵਾਦੇ ਵਾਦੇ ਲਈ ਜਾਂਦੇ ਝੂਠੇ ਵਾਦੇ ਜਿੱਦਾਂ ਲੀਡਰਾਂ ਦੇ ਆ ਬਈ ਆਪਾਂ ਤੇਰੀ ਮਦਦ ਕਰਾਂਗੇ ਤੂੰ ਫੇਰ ਨਾ ਕਰੀ ਤੇ ਤਿੰਨ ਸਾਲ ਹੋ ਚਲੇ ਜੀ ਕਿ ਆ ਕਿਸੇ ਨੂੰ ਪਤਾ ਨਹੀਂ ਵੀ ਮੈਂ ਮੇਰਾ ਲਾ ਚੱਲੇ ਆ ਬਈ ਮੈਂ ਤਿੰਨ ਸਾਲ ਤੋਂ ਮੰਜੇ ਦੇ ਮੰਜੇ ਤੇ ਰਹਿ ਰਹੇ ਆ ਲਾ ਚੱਲੇ ਆ ਮੈਂ ਪਿੰਡ ਛੱਡ ਕੇ ਇੱਥੇ ਮੈਂ ਸ਼ਹਿਰ ਤੇ ਰਹਿ ਰਹੇ ਆ ਕਿਰਾਏ ਤੇ ਮੰਨ ਲਓ ਪਰਿਵਾਰ ਵੀ ਨਾਲ ਸਾਰਾ ਜੂਝ ਰਿਹਾ ਮੈਂ ਆਪ ਜੂਝ ਰਿਹਾ ਤਿਆਨੀ ਕਿਸੇ ਨੂੰ ਜੇ ਇਨੀ ਫਿਕਰ ਹੁੰਦੀ ਹੈ ਤਾਂ ਫੇ ਗੱਲ ਕਾਦੀ ਸੀ ਇਹ ਗੱਲਾਂ ਕਹਿਣ ਦੀ ਨਹੀਂ ਹੁੰਦੀਆਂ ਤਾਂ ਬੰਦਾ ਆਪ ਵੀ ਸਮਝ ਸਕਦਾ ਵੀ ਪੂਰੇ ਪੰਜਾਬ ਵਿੱਚ ਕਿੰਨੇ ਜੱਥੇਬੰਦੀਆਂ ਜੀ ਇੱਕ ਸਾਰੀਆਂ ਜੱਥੇਬੰਦੀਆਂ ਰਲ ਕੇ ਇੱਕ ਮੰਦਿਰ ਖਰਤਣ ਚੱਕ ਸਕਦੀਆਂ ਜੀ ਇੱਕ ਗੱਲ ਆਪਾਂ کہہ ਸਕੀਏ ਵੈਸਾ ਨਾਲ ਨਾੜੇ ਜਾਂਦੇ ਆ ਜੀ ਹਰ ਵੇਲੇ ਟੀਵੀ 'ਚ ਹੈ ਵੀ ਪੰਜਾਬ ਕਸਾ 50 ਪੰਜਾਬੀ ਜਿੰਦਾਬਾਦ ਹੈ ਜੀ ਸਾਰੇ ਇਕਾ ਕਰੋ ਇਕਾ ਇਕਾ ਦੱਸੋ ਕਹਿੰਦਾ ਹੋ ਜਾਊਗਾ ਇਸ ਚੀਜ਼ ਦਾ ਜੇ ਤੁਸੀਂ ਇੱਕ ਬੰਦੇ ਨੂੰ ਜਿਹੜਾ ਮੋਰਚ 'ਚ ਗਿਆ ਆਪਣਾ ਘਰ-ਬਾਰ ਛੱਡ ਕੇ ਆਪਣੇ ਕੋਲ ਜ਼ਮੀਨ ਵੀ ਨਹੀਂ ਹੈਗੀ ਜ਼ਮੀਨ ਦੇ ਬਾਬੇ ਜੀ ਆਪਾਂ ਸਾਡੇ ਕੋਲ ਜ਼ਮੀਰ ਹੈ ਆਪਾਂ ਉੱਥੇ ਗਏ ਹੋ ਬਲਕਿ ਕਿੰਨੀ ਕਿ ਜ਼ਮੀਨ ਸੀ ਫਿਰ ਵੀ ਤੁਸੀਂ ਉਹ ਖੇਤੀ ਗਰੂਨਾ ਦੇ ਖਿਲਾਫ ਉਸ ਮੋਰਚੇ ਦੇ ਵਿੱਚ ਗਏ ਆਪਣੀ ਜ਼ਿੰਦਗੀ ਤੁਡੀ ਖਰਾਬ ਕਰ ਲਈ ਕਿੰਨੀ ਕਿ ਜ਼ਮੀਨ ਸੀ ਜ਼ਮੀਨ ਸਾਡੇ ਸਾਡੇ ਕੋਲ ਸਾਰਾ ਇਕੱਲਾ ਖੰਡਾ ਜੀ ਬਸ ਹਾਂਜੀ ਹੋਰ ਕੋਈ ਜ਼ਮੀਨ ਨਹੀਂ ਆ ਤੇ ਉਸ ਦੇ ਬਾਬ ਚਲੋ ਬਾਵਜੂਦ ਵੀ ਜਿਵੇਂ ਸਾਰੇ ਕੰਦੇ ਦੇ ਵੀ ਜਾਣਾ ਉੱਥੇ ਸਾਡਾ ਫਰਜ਼ ਬਣਦਾ ਪੰਜਾਬੀ ਪੰਜਾਬੀ ਸਾਰੇ ਉੱਥੇ ਗਏ ਸਨ ਤੇ ਚਲੋ ਅਸੀਂ ਵੀ ਹੌਸਲਾ ਦਿੱਤਾ ਉੱਥੇ ਨਾਲ ਖੜੇਆਂ ਨਾਲ ਪਰ ਇਹਨਾਂ ਨੇ ਇਹ ਚੀਜ਼ ਜਿਹੜੀ ਨਾਲ ਨਾ ਖੜ ਕੇ ਆਪਣੀ ਜਿਹੜੀ ਰਿਸਪੈਕਟ ਉਹ ਰਿਸਪੈਕਟੇ ਗੁਆਈ ਆ ਹੋਰ ਤਾਂ ਚਲੋ ਕਿਸੇ ਨਾ ਕਿਸਦਾ ਕਿਹਾ ਜਾਂਦਾ ਕੋਈ ਗੱਲ ਨਹੀਂ ਅੱਜ ਮੈਂ ਮੰਝੇ ਤੇ ਪਿਆ ਕੱਲੂ ਕਿ ਕੋਈ ਕਿਸੇ ਹੋੜ ਦਾ ਵੀਰ ਪੈਣ ਦਾ ਭਰਾ ਕੋਈ ਨਾ ਪਵੇ ਸੋ ਇਹੀ ਬੇਨਤੀ ਹੈ ਸਾਰਿਆਂ ਨੂੰ ਵੀਡੀਓ ਰਹੀਂ ਕਿਉਂਕਿ ਇਹਨਾਂ ਮਗਰ ਲੱਕੇ ਤਾਂ ਫਿਰ ਆਪਣੀ ਜ਼ਿੰਦਗੀ ਬਰਬਾਦ ਆ ਜੀ ਹੁਣ ਦਾ ਸ਼ੁਭ ਕਰਨ ਵੀਰ ਹੈ ਉਹਦੀ ਪੈਣ ਮੈਂ ਕੱਲ ਲਿਖੀਆਂ ਖਬਰਾਂ ਉਹਨਾਂ ਨੂੰ 1 ਕਰੋੜ ਰੁਪਏ ਮਿਲ ਗਿਆ ਜੀ ਰਾਸ਼ੀ ਸਰਕਾਰ ਵੱਲੋਂ ਤੇ ਨੌਕਰੀ ਮਿਲ ਗਈ ਮੈਂ 3 ਸਾਲ ਲੋਕੋ ਜੀ ਮਾਰ ਤੱਕ ਨੌਕਰੀ ਨਹੀਂ ਮੰਗੀ ਨਾ ਨੌਕਰੀ ਮਾਗ ਮੰਗੀ ਨਾ ਮੇਰੀ ਵਾਈਫ ਨੂੰ ਨਾ ਨਾ ਆਪਣੇ ਨਾ ਮੇਰੀ ਮਾਂ ਪਿਓ ਨੂੰ ਕਿਉਂਕਿ ਨੌਕਰੀ ਦਾ ਹੱਕ ਜਿਹੜਾ ਉਹ ਪੜ੍ਹੇ ਲਿਖੇ ਨੌਜਵਾਨਾਂ ਨੂੰ ਹੈ ਜਿਨ੍ਹਾਂ ਨੇ ਆਪ 10-11 ਸਾਲ ਮਿਹਨਤ ਕੀਤੀ ਜਿਨ੍ਹਾਂ ਨੇ ਦੋ ਘੰਟਾ ਜਾਂ ਪੜ੍ਹਾਈ ਕੀਤੀ ਉਹਨਾਂ ਦਾ ਹੱਕ ਬਣਦਾ ਨੌਕਰੀ ਦਾ ਮੇਰੇ ਵਰਗਾ ਜਾਂ ਕੋਈ ਹੋਰ ਉਹਦਾ ਹੱਕ ਹੋ ਹੀ ਨਹੀਂ ਬਣਦਾ ਕਿਉਂਕਿ ਮੋਰਚੇ ਦਾ ਬਹੁਤ ਮੋਰਚੇ ਲੱਗਦੇ ਰਹੇ ਨੇ ਇਦਾਂ ਦਾ ਮੰਨ ਲਓ ਸਾਰੇ ਮੋਰਚੇ ਜਿਆਦਾ ਕਿ ਉਥੇ ਐਕਸੀਡੈਂਟ ਹੋ ਗਏ ਜਾਂ ਕੋਈ ਮੌਤ ਹੋ ਗਈ ਉਹਨਾਂ ਦੇ ਪਰ ਨੌਕਰੀ ਮਿਲਣੀ ਫ੍ਰੀ ਚ ਇਹ ਇਹ ਮੈਨੂੰ ਚੰਗਾ ਨਹੀਂ ਲੱਗਦਾ ਕੋਈ ਸਨਾਂ ਕਿਸੇ ਦਾ ਬਾਰੇ ਵੈਸੇ ਕਰੇ ਕੋਈ ਇਹ ਮੇਰਾ ਐਕਸਪ ਵੇ ਬਸ ਯਾਨੀ ਕਿ ਇਹ ਸਿਰਫ ਬੇਨਤੀ ਇਹ ਹੈ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੀ ਜਿੰਮੇਵਾਰੀ ਬਣਦੀ ਆ ਵੀ ਕੱਲ ਨੂੰ ਤੁਸੀਂ ਨਾਲ ਲਾਂਦੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਦੋਂ ਕੋਈ ਕਿਸੇ ਨਾਲ ਇਦਾਂ ਦੇਖ ਕੇ ਕਿਸੇ ਨੂੰ ਆਂਦੀ ਆ ਜਾਂ ਫਟ ਵੱਜਦਾ ਏ ਤਾਂ ਤੁਹਾਡੀ ਜਿਹੜੀ ਜਿੰਮੇਵਾਰੀ ਬਣਦੀ ਆ ਬੰਦੇ ਨੂੰ ਦੇਖਣ ਦੀ ਯਾਰ ਵੀ ਆ ਬੰਦਾ ਦੁੱਖਣ ਢਾ ਰਹਿਆ ਆ ਜ਼ਿੰਦਗੀ ਉਹਦੀ ਖਰਾਬ ਹੋ ਗਈ ਪਰਿਵਾਰ ਪਿੱਛੇ ਆ ਤਾਂ ਜਿਹੜੀ ਇਹ ਅਣਗਹਿਲੀ ਕੀਤੀ ਨਹੀਂ ਉਹ ਉਹਦਾ ਮੈਨੂੰ ਬਹੁਤ ਦੁੱਖ ਹੈ ਜੀ ਤੇ ਜਦੋਂ ਤੁਸੀਂ ਪਲੰਬਰ ਦਾ ਕੰਮ ਕਰਦੇ ਸੀ ਕਿੰਨੇ ਇੱਕ ਉਦੋਂ ਪੈਸੇ ਕਮਾ ਲੈਂਦੇ ਸੀ ਫਿਰ ਤਾਂ ਵਧੀਆ ਉਦੋਂ ਕਾਰੋਬਾਰ ਚੱਲਦਾ ਹੋਣਾ ਵਧੀਆ ਉਹ ਕੰਮ ਚੱਲਦਾ ਹੋਣਾ ਵਧੀਆ ਕੰਮ ਮਿਲਦਾ ਹੋਣਾ ਕਿੰਨਾਕ ਸਮੇਂ ਤੂੰ ਤੁਸੀਂ ਕੰਮ ਕਰ ਰਹੇ ਸੀ ਪਲੰਬਰ ਦਾ ਮੈਨੂੰ ਚਾਰ ਪੰਜ ਸਾਲ ਲਗਦੇ ਜੀ ਕੰਮ ਕਰਦਿਆਂ ਨਾ ਜੀ ਤੇ ਇੱਕ ਵਧੀਆ ਕੰਮਦਾਰ ਜੀ ਨਾਲ ਮੁੰਡੇ ਰੱਖੇ ਤੇ ਪਿੰਡ ਵਧੀਆ ਕੰਮ ਕਰ ਸੀ ਜੀ ਤੇ ਦਿਨ ਦਾ 11-1200 ਰੁਪਏ ਵਧੀਆ ਕਮਾ ਲੈਂਦੇ ਸੀ ਜੀ ਵਧੀਆ ਘੜਦਾ ਕੰਮ ਖਰਚਾ ਤੇ ਵਗਾਰੇ ਮੱਝ ਰੱਖਿਆ ਸੀ ਘਰੇ ਵੀ ਘੜ ਦੇ ਨਾਲ ਕੰਮ ਕਰਾਣਾ ਤੇ ਵਧੀਆ ਇਹਨੂੰ ਪਰਵਾਹ ਠੀਕ ਸੀ ਵਧੀਆ ਚੰਗਾ ਜੀ ਹਾਂਜੀ ਤੁਹਾਡੇ ਇਸ ਘਟਨਾ ਤੋਂ ਬਾਅਦ ਮਾਪੇ ਵੀ ਸਦਮਨ ਦੀ ਵਿੱਚ ਸੀ ਮਾਪੇ ਵੀ ਤੁਹਾਡੇ ਫਾਦਰ ਸਾਹਿਬ ਜਦੋਂ ਮੈਂ ਪਿਛਲੀ ਵਾਰ ਮਿਲਿਆ ਸੀ ਉਹ ਵੀ ਬਿਮਾਰ ਸੀ ਉਹਨਾਂ ਦੀ ਵੀ ਦਵਾਈ ਚੱਲਦੀ ਉਹਨਾਂ ਦੀ ਸਿਹਤ ਕਿਵੇਂ ਹੁਣ ਠੀਕ ਨੇ ਉਹ ਹਾਂਜੀ ਹੁਣ ਠੀਕ ਹੈ ਜੀ ਹੁਣ ਉਹ ਘਰੇ ਦੁਕਾਨ ਖੋਲ ਲੈਂਦੇ ਆ ਤਾਂ ਥੋੜਾ ਬਹੁਤਾ ਕੰਮ ਆਪਣੇ ਖਾਣ ਪੀਣ ਚੋਗਾ ਕਰ ਲੈਂਦੇ ਆ ਜੀ ਤੇ ਮਾਤਾ ਮਾਤਾ ਵੀ ਘਰੇ ਸੋਚ ਰਹੀ ਸੀ ਵੀ ਚਲੋ ਮੱਝਾਂ ਜਿਹੜੀਆਂ ਦੋ ਵਕੀਆਂ ਬਈ ਮੱਝਾ ਇੱਕ ਜਿਹੜੀ ਪੜਾਈ ਦੇ ਮੱਝ ਮੁੱਜ ਲੱਗੇ ਕੋਈ ਘਰੇ ਰੱਖੀ ਦੁੱਧ ਦੁੱਧ ਕੇ ਨੂੰ ਮਣੀ ਮੋਟੀ ਖਾਣ ਪੀਣੂ ਕਿ ਕੰਮ ਕਰਦੇ ਜੋਗ ਹੋਈਏ ਕਿਉਂਕਿ ਸਾਰੀ ਉਮਰ ਕਿਸੇ ਨੂੰ ਮੰਗਣ ਦਾ ਬਹੁਤ ਔਖਾ ਵੀ ਸਾਰੀ ਉਮਰ ਅਸੀਂ ਹੱਥ ਢੀ ਜਾਈਏ ਇਹਦਾ ਹੁਣ ਹਾਲਾਤ ਇਹ ਜੇ ਬਣ ਗਏ ਕੀ ਤਾਂ ਮਨ ਕਰਦਾ ਹੱਥਰਨ ਵਾਸਤੇ ਹਾਲਾਤ ਇਹ ਜੇ ਕਿਸੇ ਨਾਮਾ ਨੰਦਾ ਮੈਂ ਤਾਂ ਮੈਂ ਸੱਚ ਲੋ ਮੇਰਾ ਤੇ ਮੇਲੀ ਵਾਗ ਵੀ ਇਤਨਾ ਸੌਖਾ ਸੀ ਕਦੇ ਜੇ ਮੰਨ ਲਓ ਕਦੇ ਪੰਜੀ ਨਹੀਂ ਕਿਸੇ ਮਾਂ ਕੇ ਖਾਦੀ ਮੇਰੇ ਪਿੰਡ ਸਾਰਿਆਂ ਨੂੰ ਪਤਾ ਵੀ ਮੇਰੇ ਹਾਲਾਤ ਕਿਦਾਂ ਦੇ ਸੀ ਮਿਹਨਤ ਕਰਕੇ ਹਮੇਸ਼ਾ ਕਮਾਈ ਕੀਤੀ ਹੈ ਜੀ ਕੰਮ ਕੀਤਾ ਤੇ ਅੱਜ ਸਾਰੇ ਹਾਲਾਤ ਇਹ ਜੇ ਬਣ ਗਏ ਵੀ ਕਾਪਣੀ ਸਿਹਤ ਜਾਬੀ ਵਾਸਤੇ ਹੀ ਮਿਹਨਤ ਕਰਨੀ ਪੈਂਦੀ ਸਿਹਤ ਜਾਬੀ ਵਾਸਤੇ ਹੀ ਮੈਂ ਤਾਂ ਕਰਨੀ ਪੈਂਦੀ ਆ ਵਜ਼ਾਇਰ ਮੈਨੂੰ ਪੈਸੇ ਦੇ ਦੋ ਮੈਂ ਆਪਣਾ ਇਲਾਜ ਕਰਾਣਾ ਮੈਂ ਠੀਕ ਹੋ ਜਾਵਾਂ ਵੀ ਮੈਂ ਆਪਣੇ ਪਿਆਰਾਂ ਕੋਲ ਜਾਵਾਂ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਫਿਰ ਇਸ ਘਟਨਾ ਤੋਂ ਬਾਅਦ ਫੜੀ ਕਿਸੇ ਨੇ ਬਾ ਪਿੰਡ ਦੇ ਵਿੱਚੋਂ ਆ ਪਿੰਡ ਜਦੋਂ ਸਟਾਰਟਿੰਗ 'ਚ ਮੇਰਾ ਐਕਸੀਡੈਂਟ ਹੋਦਾਂ ਨਾ ਜੂ ਪਿੰਡ 'ਚ ਮੈਨੂੰ ਪੈਸੇ ਇਕੱਠੇ ਕੀਤੇ ਸੀ ਸਾਰੇ ਪਿੰਡ ਨੇ 70000 ਦੇ ਕਰੀਬ ਉਹਨਾਂ ਨੇ ਮੇਰੀ ਮਦਦ ਕੀਤੀ ਸੀ ਜੀ ਪਹਿਲਾਂ ਪਹਿਲਾਂ ਸਟਾਰਟਿੰਗ 'ਚ ਫਿਰ ਬਾਅਦ ਤੁਹਾਨੂੰ ਪਤਾ ਵੀ ਚਲੋ ਆਪਣੇ ਵੀ ਸਾਰਿਆਂ ਦੇ ਆਪਣੇ ਪਰਿਵਾਰ ਹੈ ਤੇ ਕੋਈ ਆਪਣਾ ਮਨੋ ਪਰਿਵਾਰ ਸੱਡ ਕੇ ਨਹੀਂ ਕਿਸੇ ਦੀ ਮਦਦ ਕਰ ਸਕਦਾ ਤੇ ਇੱਕ ਪਹਿਲੀ ਵਾਰ ਹਾਂਜੀ ਬਾਈਫ ਨੂੰ ਪੁੱਛਿਓ 7 ਮਹੀਨੇ ਦਾ ਸਮਾਂ ਹੋ ਗਿਆ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਡਟੇ ਹੋਏ ਨੇ ਕੀ ਹੁਣ ਕੀ ਕਿਵੇਂ ਫੀਲ ਕਰ ਰਹੇ ਨੇ ਕਿਉਂਕਿ 7 ਮਹੀਨੇ ਦਾ ਅਰਸਾ ਬਹੁਤ ਹੁੰਦਾ ਆਪਣੇ ਪਰਿਵਾਰ ਨੂੰ ਛੱਡਤਾ ਕਿਉਂਕਿ ਉੱਥੇ ਜੰਮੇ ਪਲੇ ਖੇਡੇ ਸਭ ਕੁਝ ਉੱਥੇ ਦੇ ਵਾਤਾਵਰਣ ਦੇ ਵਿੱਚ ਰਹੇ ਉਰੇ ਆ ਕੇ ਹੁਣ ਕਿਵੇਂ ਲੱਗ ਰਿਹਾ ਕਿਉਂਕਿ ਹਰ ਰੋਜ਼ ਸੇਵਾ ਤੁਹਾਡੀ ਕਰਦੇ ਨੇ ਪੁੱਛੋ ਕਿ ਉਸ ਐਕੋਮਾਸ ਸੈਂਤੇ ਜਾਂ ਜਿਵੇਂ ਬਾੜੀ ਉਥੇ ਪਹੁੰਖਾ ਨੂੰ ਐਲਸਾ ਰੈਂਡੋਸੋ ਲੋ ਸੇਤ ਮੈਸੇਸ ਕਿ ਤੂੰ ਤੈਨ੍ਹੇਸ ਕਿਰ ਨੋ ਐਨ ਕਾਮੋ ਤੇ ਬੁਨ ਆਨ ¿Cómo se siente ahorita dejar tu país y dejar todo para diario cuidarme acá? Pues es, es bastante difícil, sobre todo estar sin mi familia, sin mi gente, sin mi país, pero pues acá tengo una meta que es sacarlo a él adelante y no nos queda ni tiempo de pensar, ¿no? Eh, tenemos ahorita nuestras páginas de YouTube, de Facebook, donde estamos todo el tiempo trabajando, más el trabajo de cuidarlo a él, pues no me queda tiempo de aburrirme, ¿no? ਉਹ ਕਹਿੰਦੇ ਹੈ ਤਾਂ ਬਹੁਤ ਔਖਾ ਜੀ ਮੰਨ ਲਓ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਆਪਣੇ ਲੋਕਾਂ ਨੂੰ ਆਪਣਾ ਸਾਰਾ ਕੱਦ ਛੱਡ ਕੇ ਮੰਨ ਲਓ ਇੱਧਰ ਬਾਹਰ ਆਣਾ ਤੇ ਪਰ ਕੋਈ ਨਹੀਂ ਕਹਿੰਦੇ ਸਾਡਾ ਵੀ ਜਿਹੜਾ ਟੀਚਾ ਇਹ ਹੈ ਵੀ ਚਲੋ ਮੈਂ ਤੁਹਾਨੂੰ ਅੱਗੇ ਅੱਗੇ ਲੈ ਕੇ ਜਾਣਾ ਤੁਹਾਨੂੰ ਤੁਹਾਨੂੰ ਸਹੀ ਕਰਨਾ ਤੇ ਉਸੇ ਬੇਸ ਤੇ ਨੇ ਦੱਸਿਆ ਵੀ ਫੇਸਬੁੱਕ YouTube ਦੇ ਅਸੀਂ ਆਪਣਾ ਚੈਨਲ ਬਣਾਇਆ ਹੈ ਹਲਪਾ ਲੈਣ ਲਈ ਬਲੌਗਸ ਇਸੇ ਕਰਕੇ ਵੀ ਅਸੀਂ ਆਪਣੇ ਪੈਰਾਂ ਤੇ ਆਪ ਸਟੇਬਲ ਹੋ ਸਕੀਏ ਆਪਣੇ ਹੱਤਾਂ ਦੇ باوجود ਵੀ ਸਸ ਲੋ ਸਰੀਰ ਨਾਲ ਬਹੁਤ ਵੱਡੀ ਚੰਗ ਹੈ ਮੇਰੀ ਕਿਉਂਕਿ ਇਹਨਾਂ ਨੂੰ ਆਪਣਾ ਸਾਰਾ ਕੰਮ ਕਰ ਛੱਡ ਕੇ ਮੇਰੀ ਕੇਅਰ ਕਰਨੀ ਪੈਂਦੀ ਉਹ ਤੋਂ ਬਾਵਜੂਦ ਵੀ ਅਸੀਂ ਟਾਈਮ ਕੱਢੀਦਾ ਵੀ ਚਲੋ ਆਪਣੇ ਆਪ ਤੇ ਡਿਪੈਂਡ ਕਿਸੇ ਡਿਮੈਂਡ ਹੁਣ ਡਿਪੈਂਡ ਨਾ ਹੋਈਏ ਵੀ ਆਪਣੇ ਆਪ ਜਿਹੜਾ ਫੇਸਬੁਕ YouTube ਤੇ ਸਟਾਰਟ ਕਰੀਏ ਅਸੀਂ ਕੋਈ ਕੰਮ ਕਰ ਜਿਹਦੇ ਨਾਲ ਅਸੀਂ ਥੋੜੀ ਬੋਤ ਜਿਹੜੀ ਇਨਕਮ ਆਣੀ ਸ਼ੁਰੂ ਹੋਊਗੀ ਆਪਣੇ 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 ਖਰਚ ਜੋਗੀ ਉਹੀ ਕੋਈ ਗੱਲ ਨਹੀਂ ਪਰ ਸ਼ੁਰੂਆਤ ਤਾਂ ਕਰੀਏ ਉਹ ਅਸੀਂ ਸ਼ੁਰੂਆਤ ਕੀਤੀ ਹੈ ਤਾਂ ਚਲੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜੜਾ ਸਹਿਯੋਗ ਕਰਿਓ Llegó y pegó la casa de alguien que a todas las horas le salió de la Udilubra, Es China. ¿En Punjabi qué, qué palabras usted aprendió? Muchas, muchas palabras he aprendido. En, en, ya empezando para saludar, aprendí a echar chardikala, satsrikale. Aprendí que para ir a comprar a la, a la tienda, entonces tengo que decir, por ejemplo, quiere pc bueno, en fin. ਇਹ ਕੇ ਬੱਚਿਆਂ ਨੂੰ ਕਿ ਹੁਣ ਤੱਕ ਦੇ ਸਫਰ ਦੇ ਵਿੱਚ 7 ਮਹੀਨੇ ਦਾ ਸਫਰ ਹੋਗਾ 7 ਤੱਕ ਕਿੰਨੇ 7 ਮਹੀਨੇ ਹੋਗੇ 8 ਮਹੀਨੇ ਹੋਗੇ ਇਹਨਾਂ ਨੂੰ ਆਇਆ ਇਹਨਾਂ ਨੂੰ ਆਇਆ ਨੂੰ ਲਗਭਗ 1 ਸਾਲ 6-7 ਮਹੀਨੇ ਇੱਕ ਸਾਲ 7 ਮਹੀਨੇ ਦੇ ਵਿੱਚ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਨੇ ਜਾਂ ਪਰਿਵਾਰ ਦੀ ਜਾਲ ਆਉਂਦੀ ਆ ਭਰਾ ਦੀ ਜਾਲ ਆਉਂਦੀ ਕਿ ਜਜੇ ਨੂੰ ਆਨੀ ਹੋਈ ਮੇਰੀ ਵਗਾਂ ਮਾਸ ਮੈਨੂੰ ਲੱਖਾ ਸੀ ਲੋ ਕਮੋ ਸੇ ਹਮਾ ਰਕੋਰਡਨ ਦੇ ਸੁਪਾਈਸ ਵੈਂਟੇ ਸੁ Family, hermano. Ah, todos los días. <laughs> todos los días, todos los días recuerdo mi, mi familia y mi país y por supuesto me quiero ir todos los días, pero pues no me lo puedo llevar porque a Harpal no le dieron la visa, entonces pues yo no lo puedo dejar a él en las condiciones en las que está. Yo soy la única que lo cuido y nadie lo va a cuidar como lo cuido yo. Entonces pues haciendo mi máximo esfuerzo para que me den extensión de visa para poder estar acá a seguir cuidándolo. ਉਹ ਕਹਿੰਦੇ ਵੀ ਆਜ਼ਾਦਤਾ ਬਹੁਤ ਆਉਂਦੀ ਹੈ ਮੈਂ ਤਾਂ ਮੇਰੇ ਮੈਂ ਤਾਂ ਜਾਂਦੀ ਵੀ ਅੱਜ ਵੀ ਅੱਜ ਜਮਾ ਵਾਪਸ ਪਰ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੀ ਮੈਂ ਕਿਉਂਕਿ ਜਿਵੇਂ ਮੇਰੀ ਕੇਰ ਰਿਕਾਰਡ ਦੇ ਹੋਰ ਦੁਨੀਆ ਚ ਕੋਈ ਨਹੀਂ ਕਰ ਸਕਦਾ ਮੇਰੀ ਕੇਰ ਜਿਵੇਂ ਜਿਵੇਂ ਮੇਰੀ ਕੇਰ ਰੇ ਕਰਦਣਾ ਵੀਜ਼ੇ ਦਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਵੀਜ਼ਾ ਅਪਲਾਈ ਕੀਤਾ ਸੀ ਪਰ ਉਹ ਰਿਜੈਕਟ ਹੋ ਗਿਆ ਸੀ ਜਾਣ ਦੀ ਚਾਹਨਾ ਜ਼ਰੂਰ ਸੀ ਹਾਂਜੀ ਹਾਂਜੀ ਉਹ ਫਿਰ ਵੀਜ਼ਾ ਜਦਾਂ ਰਿਜੈਕਟ ਹੋ ਗਿਆ ਜੀ ਰਿਫਿਊਜ਼ਲ ਮਿਲ ਗਈ ਤੇ ਉਹ ਹੁਣ ਦੁਬਾਰਾ ਚਲੋ ਕੋਸ਼ਿਸ਼ ਕਰਾਂਗੇ ਜੇ ਪੋਸੀਬਲ ਹੋ ਸਕੇ ਆ ਇੱਕ ਦਿਨ ਕਿਉਂਕਿ ਉਸੇ ਕਾਰਨ ਕਰਕੇ ਜਿਹੜਾ ਚੈਨਲ ਦਾ ਸੀ ਚੈਨਲ ਬਣਾਇਆ ਆਪਣਾ ਹਰਪਾਲਿਆਣੀ ਵਲੌਗਸ ਨਾਮ ਤੇ ਚਲੋ ਉਸ ਵੇਲੇ ਤੇ ਆਪਣਾ ਇੱਕ ਕੰਮ ਕਰਨਾ ਸਟਾਰਟ ਕਰੀਏ ਬਾਕੀ ਜੇ ਕਿਸਾਨ ਮੋੜਚੇਵਾਲ ਤੇ ਜੇ ਕੋਈ ਮਦਦ ਹੋਊਗੀ ਕਿਉਂਕਿ ਵੈਸੇ ਆਸ ਤਾਂ ਮੈਨੂੰ ਹੈ ਨਹੀਂ ਆ ਕਿਉਂਕਿ ਜੇ ਮਦਦ ਕਰਨੀ ਹੁੰਦੀ ਤਿੰਨ ਸਾਲ ਹੋ ਚੱਲੇ ਕਾਫੀ ਸਾਰਿਆਂ ਦੇ ਫੋਨ ਵੀ ਆਏ ਆ ਸਾਰੇ ਬਸ ਆਪਣੇ ਜਿਦਾਂ ਗੱਲਬਾਤ ਕਰਕੇ ਗੱਲਬਾਤ ਇਹ ਕਰਕੇ ਜਾਂ ਬਾਦੇ ਝੂਠੇ ਕਰਕੇ ਅਸੀਂ ਕਰ ਦਿੰਦੇ ਅਸੀਂ ਦੇਖ ਰਹੇ ਹਾਂ ਅਸੀਂ ਮੀਟ ਅਸੀਂ ਮੀਟਿੰਗ ਕਰਨੀ ਆ ਤੇ ਉਹਦੇ ਕਰਕੇ ਯਾਨੀ ਚਲੋ ਫਿਰ ਵੀ ਆਸ ਨਾਲ ਦੁਨੀਆ ਕਾਮ ਹੈ ਤੇ ਚਲੋ ਉਹੀ ਆਸ ਹੈ ਜੇ ਹੋ ਸਕਿਆ ਪੋਸੀਬਲ ਤਾਂ ਇੱਕ ਨਾ ਇੱਕ ਦਿਨ ਆਪਾਂ ਜ਼ਰੂਰ ਜਾਵਾਂਗੇ ਬਾਹਰ ਇਲਾਜ ਵਾਸਤੇ ਪੰਜ ਇੱਕ ਸਾਲ 7 ਮਹੀਨੇ ਹੋ ਗਏ ਨੇ ਇਹਨਾਂ ਨੇ ਆਪਣਾ ਪਰਿਵਾਰ ਛੱਡਦਾ ਛੱਡਦਾ ਮੁਲਕ ਛੱਡਦਾ ਜੇਕਰ ਕੋਈ ਹੋਰ ਹੁੰਦਾ ਮੈਨੂੰ ਲੱਗਦਾ ਇਹ ਨਹੀਂ ਕਰ ਸਕਦਾ ਸੀ ਨਹੀਂ ਨਹੀਂ ਬਹੁਤ ਔਖਾ ਜੀ ਅੱਜਕੱਲ੍ਹ ਤੁਹਾਨੂੰ ਪਤਾ ਅੱਜ ਦੇ ਸਮੇਂ 'ਚ ਅੱਜ ਦੇ ਸਮੇਂ 'ਚ ਬਹੁਤ ਔਖਾ ਜੀ ਕੋਈ ਕਿਹੜਾ ਆਪਣਾ ਮਤਲਬ ਪਰਿਵਾਰ ਛੱਡ ਕੇ ਦੂਜੇ ਦੇਸ਼ ਜਾ ਕੇ ਇਦਾਂ ਕਿਸੇ ਬਾਰੇ ਇਹਨਾਂ ਨੇ ਨਹੀਂ ਕਰ ਸਕਦਾ ਕੋਈ ਜੇ ਆਪਾਂ ਚਲੋ ਫਿਰ ਆਪ ਵੀ ਸੋਚੀਏ ਆਪਣਾ ਕੋਈ ਮਾਮੇ ਸਾਡੇ ਸਕੇ ਹੀ ਕੋਈ ਭੈਣ ਹੋਵੇ ਜਾਂ ਕੋਈ ਮਾਤਾ ਜੋ ਕੋਈ ਹੋਵੇ ਕਿਹੜਾ ਆਪਣਾ ਮਨ ਪ੍ਰਵਾਡ ਛੱਡ ਕੇ ਬਾਹਰ ਦੂਜੇ ਦੇਸ਼ ਜਾਊਗਾ ਕਿਸੇ ਦੀ ਕੇਅਰ ਵਾਸਤੇ ਬਹੁਤ ਔਖਾ ਜੀ ਖਾਸ ਕਰ ਉਥਲੀ ਭਾਸ਼ਾ ਨੀਆਂ ਦੀ ਉਥਰ ਖਾਣ ਪੀਣ ਲੱਗਿਆ ਉਥਰ ਰਹਿਣ ਸਨ ਲੱਗਿਆ ਉਥਰੇ ਕੱਪੜੇ ਲੱਗਿਆ ਯਾਨੀ ਕਿ ਉਹ ਸਾਰਾ ਕੁਝ ਮੈਨੇਜ ਕਰਕੇ ਜੀਣਾ ਬਹੁਤ ਵੱਡੀ ਗੱਲ ਹੈ ਹੁਣ ਤੱਕ ਦੇ ਸਫਰ ਦੇ ਵਿੱਚ ਜਿਹੜਾ ਖਾਈ ਵਾਲਾ ਸਫਰ ਹੈ ਤੁਹਾਡੇ ਨਾਲ ਗੁੱਸੇ ਹੋਏ ਨੇ ਤੁਹਾਡੇ ਨਾਲ ਲੜੇ ਨੇ ਕਿ ਤੁਸੀਂ ਕਿਉਂ ਗਏ ਸੀ ਉੱਥੇ ਮੈਨੂੰ ਪੁੱਛਾਂ ਜਾਂ ਦੱਸਾਂ ਤੁਹਾਨੂੰ ਨਹੀਂ ਤੁਸੀਂ ਦੱਸੋ ਹਾਂ ਵੀ ਤੁਹਾਡਾ ਲੜੇ ਨਹੀਂ 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 ਕਦੇ ਨਹੀਂ ਐਦਾ ਕਦੇ ਨਹੀਂ ਲਾਈਕ ਐਦ ਨਹੀਂ ਹੋਈ ਸੀ ਜੀ ਬਾਰੇ ਤੇ ਵੈਸੇ ਡਿਸਕਸ ਅਸੀਂ ਕਰ ਲੈਂਦੇ ਕਈ ਵਾਰ ਬਈ ਤੁਸੂ ਹਾਂ ਪਿਆਰ ਜੇ ਤਰੀਕੇ ਨਾਲ ਰੁੱਸ ਜਾਣਾ ਨਾ ਵੀ ਹਾਂ ਵੀ ਗਏ ਕਿਉਂ ਵੀ ਨਾਰਾਜ਼ਗੀ ਜਿਤਾਣਾ ਕਈ ਵਾਰ ਹੈ ਨਾ ਨਹੀਂ 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 ਉਹ ਮੰਨ ਲਓ ਉਹ ਮੰਨ ਲਓ ਡਿਸਕਸ ਅਸੀਂ ਕੀਤੀ ਕਈ ਵਾਰ ਤੇ ਬਈ ਉਥੇ ਜੇ ਨਾ ਜਾਂਦਾ ਸ਼ਾਇਦ ਅ ਤੂੰ ਬਾਹਰ ਹੁੰਨਾ ਤੇ ਅਸੀਂ ਚਲੋ ਬਾਹਰ ਵਧੀਆ ਜ਼ਿੰਦਗੀ ਬਤਾਣੀ ਦੀ ਵਧੀਆ ਪਰਿਵਾਰ ਚੰਗਾ ਹੋਣਾ ਤਾਂ ਤੇ ਪਰ ਚਲੋ ਫਿਰ ਵੀ ਜਦੋਂ ਦੱਸਿਆ ਤੁਹਾਨੂੰ ਪਹਿਲਾਂ ਵੀ ਚਲੋ ਸਾਡਾ ਜਿੱਦਾ ਇੱਥੇ ਆ ਸਾਰੇ ਨਾ ਨਾ ਮਾਰਦੇ ਨੇ ਪਿਆ ਪੰਜਾਬੀਆ ਦਾ ਤੇ ਵੀ ਅਸੀਂ ਸਾਰੇ ਇਕੱਠੇ ਨੇ ਇਕਤਾ ਕਰੋ ਜੀ ਉਹ ਮਲ ਹੁਣ ਇਕਤਾ ਦਾ ਚਲੋ ਬੰਦਾ ਕਰਦਾ ਹੈ ਪਰ ਜਦੋਂ ਇਹੋ ਜਿਹਾ ਮੋੜ ਤੇ ਰਿਸਪਾਂਸ ਮਿਲਦਾ ਜਾਂ ਇਹੋ ਜਿਹਾ ਕੋਈ ਧੋਖਾ ਮਿਲਦਾ ਤਾਂ ਬੰਦੇ ਦੇ ਪੈਰ ਅੱਖਾਂ ਖੁੱਲ ਜਾਂਦੀਆਂ ਜੀ ਅਸਲੀ ਤੋ ਅਸੀਂ ਤਾਂ ਲੱਗਦਾ ਪਤਾ ਵੀ ਬੰਦਾ ਗੱਲਾਂ ਚ ਕੁਝ ਹੋਰ ਹੈ ਜਿਹੜੇ ਉਹਦੇ ਮੰਨ ਲਓ ਕੰਮ ਤਰੀਕਾ ਕੰਮ ਕਰਨ ਦਾ ਕੁਝ ਹੋਰ ਹੈ ਇੱਕ ਚੀਜ਼ ਹੋਰ ਪੁੱਛੋ ਵੀ 1 ਸਾਲ 7 ਮਹੀਨੇ ਦਾ ਸਮਾਂ ਇਹਨਾਂ ਨੂੰ ਹੋ ਗਿਆ ਤੁਹਾਡੀ ਸੇਵਾ ਕਰਦੇ ਨੇ ਦਿਨ ਰਾਤ ਲੱਗੇ ਹੋਏ ਨੇ ਕਿ ਇਸ ਸਮੇਂ ਦੇ ਦੌਰਾਨ ਕਦੇ ਮਨ ਨੇ ਕਿਹਾ ਵੀ ਛੱਡ ਵਾਪਸ ਮੋੜ ਚੱਲੀਏ ਮੁਲਕ ਵੀ ਇਹ ਤਾਂ ਬਹੁਤ ਲੰਮਾ ਸਮਾਂ ਲੱਗੂਗਾ ਹੋਰ ਵੀ ਕਈ ਸਾਲ ਲੱਗ ਸਕਦੇ ਨੇ ਇਹਨੂੰ ਪਤਾ ਕਿੰਨੇ ਸਾਲ ਲੱਗ ਜਾਣੇ ਹੈ ਨਾ ਭਾਵੇਂ ਕੀ ਤੁਹਾਡੇ 'ਚ ਹਿੰਮਤ ਬਹੁਤ ਜ਼ਿਆਦਾ ਆ ਤੁਹਾਡੇ 'ਚ ਹੌਸਲਾ ਬਹੁਤ ਜ਼ਿਆਦਾ ਆ ਵੀ ਹਾਂ ਠੀਕ ਹੋਣਾ ਨਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਦੇ ਮਨ ਦੇ ਵਿੱਚ ਆਇਆ ਕਿ ਹਾਂ ਵਾਪਸ ਮੋੜ ਚੱਲੀ ਬਹੁਤ ਸਮਾਂ ਹੋ ਗਿਆ ਹੁਣ ਤਾਂ ਮਿਹਨਤ ਵੀ ਬਹੁਤ ਕਰਕੇ ਦੇ ਲਈ ਐਲਸਾ ਸਾਬ੍ਹ ਨੂੰ ਤਾਂ ਦੋ ਕਿ ਲਗੁਣਾ ਵੇਸ Lleve mucho tiempo sed acá, ¿sí? cuidándome, que eso va a parar mucho tiempo y él no va a recuperar o se recuperando muy suave, sí, y ya me canso para ir. Nunca nunca he pensado eso, ni que me voy a cansar, ni nada, tú sabes que yo nunca me voy a cansar de ti, nunca. ¿Sí? Y lo, lo único que yo espero es que podamos sacar la visa para yo podernoslo llevar, porque yo aquí no lo quiero dejar. ਤੇ ਨਹੀਂ ਨਹੀਂ ਕਹਿੰਦੇ ਕਦੇ ਸੋਚਿਆ ਨਹੀਂ ਆ ਵੀ ਤੁਹਾਨੂੰ ਵੀ ਪਤਾ ਏ ਵੀ ਮੈਂ ਤੁਹਾਨੂੰ ਛੱਡ ਨਹੀਂ ਜਾ ਸਕਦੀ ਤੇ ਚਲੋ ਕੋਸ਼ਿਸ਼ ਇਹੀ ਹੈ ਵੀ ਇੱਕ ਨਾ ਇੱਕ ਦਿਨ ਜਿਹੜਾ ਵੀਜ਼ਾ ਸਾਨੂੰ ਮਿਲ ਜਾਪੇ ਤਾਂ ਆਪਾਂ ਦੋਨੇ ਬਾਹਰ ਚਲੀਏ ਬਾਹਰ ਜਾ ਕੇ ਇਲਾਜ ਕਰਾਵਾਂਗੇ ਆਪਾਂ ਤੇ ਅ ਇਸੇ ਤਰ੍ਹਾਂ ਜਿਦਾ ਅੱਗੇ ਪੜਾਂਗੇ ਪਰ ਛੱਡ ਕੇ ਜਾਣਾ ਇਹ ਕਦੇ ਦਿਮਾਗ ਚ ਨਹੀਂ ਆਇਆ ਹਰਪਾਲ ਜਦੋਂ ਛੱਟ ਲੱਗਦੀ ਆ ਉਦੋਂ ਦਿਮਾਗ ਦੇ ਵਿੱਚ ਕੀ ਕਿਹੜੀਆਂ ਕਿਹੜੀਆਂ ਗੱਲਾਂ ਆਉਂਦੀਆਂ ਸੀ ਭਾਵੇਂ ਹੁਣ ਤਾਂ ਬਿਲਕੁਲ ਤੁਸੀਂ ਥੋੜਾ ਜਿਹਾ ਸੈੱਟ ਹੋ ਗਏ ਹੁਣ ਤਾਂ ਲੱਗਦਾ ਵੀ ਹਾਂ ਵੀ ਜਲਦੀ ਠੀਕ ਹੋ ਜਾਣਾ ਉਦੋਂ ਦਿਮਾਗ ਦੇ ਵਿੱਚ ਕੀ ਕੀ ਚੀਜ਼ਾਂ ਚੱਲਦੀਆਂ ਸੀ ਦਿਮਾਗ ਉਹ ਮੈਂ ਤਾਂ ਜੀ ਮੇਰਾ ਜਦਾਂ ਵੀ ਪਹਿਲਾਂ ਦਾ ਇੱਕ ਦੋ ਮਹੀਨੇ ਦਾ ਹਾਲਾਤ ਮੇਰੇ ਬਹੁਤ ਖਰਾਬ ਸਨ ਮਨ ਟੁੱਟਿਆ ਸੀ ਬਹੁਤ ਮਨ ਟੁੱਟਿਆ ਜੀ ਮੰਨ ਲਓ ਕਿੱਥੋਂ ਕਿੱਥੋਂ ਜ਼ਿੰਦਗੀ ਪਹੁੰਚ ਗਈ ਪੂਰਾ ਸਰੀਰ ਮੇਰਾ ਹੱਡੇ ਪਿੰਜਰੇ ਬਣ ਗਿਆ ਸੀ ਇਸ ਟ ਤੇ ਬੜਾ ਮਨ ਖਰਾਬ ਹੋਇਆ ਇਹਨਾਂ ਨੂੰ ਵੀ ਮੈਂ ਫੋਨ ਚੋਂ ਗੱਲ ਹੁਣੀ ਮੈਂ ਮਤਲਬ ਬੋਲਣਾ ਮੂੰਹ ਚੋਂ ਆਵਾਜ਼ ਨਹੀਂ ਆਣੀ ਗੱਲ ਤੇ ਪੈਪ ਲੱਗੀ ਸੀ ਇਹਨਾਂ ਨੇ ਵੀ ਮਤਲਬ ਫੋਨ ਤੇ ਵੀਡੀਓ ਦੇ ਕੱਲ ਦੇਖੇ ਰੋਣਾ ਵੀ ਲਾਸਟ ਵਾਰ ਜਦੋਂ ਆਪਾਂ 에어ਪੋਰਟ ਤੇ ਮਿਲੇ ਸੀ ਜਾਏ ਗਏ ਸੀ ਚੰਗਾ ਭਲਾ ਮਾਂ ਤੁਰਦਾ ਫਿਰਦਾ ਗੱਲਾਂ ਬਾਤਾਂ ਕਰਕੇ ਗਏ ਅਸੀਂ ਤੇ ਦੂਜੀ ਵਾਰ ਬੰਦੇ ਨੂੰ ਐਦਾਂ ਇਹ ਹਾਲਾਤਾਂ 'ਚ ਮਿਲਣਾ ਬਹੁਤ ਔਖਾ ਹੁੰਦਾ ਜੀ ਤੇ ਉਹ ਚੀਜ਼ ਹੰਡਾਣੀ ਬਹੁਤ ਔਖੀ ਦੀ ਮੈਂ ਇੱਕਦਾਂ ਬਿਨਾਂ ਬੋਲੇ ਤੇ ਬੰਦਾ ਬੋਲ ਕੇ ਹੌਸਲਾ ਹੌਸਲਾ ਦੇ ਸਕਦਾ ਪਰਵਾਰ ਨੂੰ ਇਹਨਾਂ ਨੂੰ ਮੈਂ ਆਪ ਨੂੰ ਇਕ ਤਾਂ ਗੱਲ ਚ ਪੈਪ ਲੱਗੀ ਬੋਲਣਾ ਹੋਵੇ ਗੁੱਸਾ ਆ ਆਪਣੇ ਆਪ ਤੇ ਇਹਨਾਂ ਦੇ ਵੀ ਇਹਨਾਂ ਨੂੰ ਦੇਖ ਕੇ ਹੋਰ ਮਨ ਖਰਾਬ ਹੋਵੇ ਤੇ ਇਹੀ ਮੈਂ ਸੋਚਦਾ ਵੀ ਮਹਾਲੀ ਵੱਧ ਤੋਂ ਵੱਧ ਛੇਤੀ ਜਤੀ ਮੌਤ ਆ ਜਾਵੇ ਤਾਂ ਇੱਕ ਵਸਾ ਗੱਲ ਹੋਊਗਾ ਪਰ ਨਾ ਮੌਤ ਆਈ ਤੇ ਇਹਨਾਂ ਨੇ ਫਿਰ ਵੀ ਬਹੁਤ ਹੌਸਲਾ ਰੱਖਿਆ ਉਸ ਟਾਈਮ ਮੈਨੂੰ ਬੜਾ ਇਨੀਆਂ ਦਿੱਤਾ ਹੌਸਲਾ ਫੋਨ ਤੇ ਵੀ ਤੂੰ ਫੇਕਣਾ ਕਰੀ ਮੈਂ ਤੇਰੇ ਕੋਲ ਜਰੂਰ ਆਉਂਗੀ ਤੇ ਰੀ ਕੇਰ ਕਰਨੀ ਤੂੰ ਫੇਕਣਾ ਕਰੀ ਬਸ ਆਪਣਾ ਧਿਆਨ ਰੱਖੀ ਆਪਣੇ ਪਰਿਵਾਰ ਨੂੰ ਕਹਿ ਕੇ ਜੋ ਵੀ ਹੈ ਤੇ ਬੜਾ ਇਨੀਆਂ ਉਸ ਉਸ ਟਾਈਮ ਤੋਂ ਲੈ ਕੇ ਜਾਣੀ ਜਿੰਨੀ ਜਿਹੜੀ ਮੈਂਟੈਲਿਟੀ ਮੇਰੀ ਹੁਣ ਬਣੀ ਨਾ ਜੀ ਔਰ ਆਪਣੀ ਰਿਕਵਰੀ ਨੂੰ ਆਪਣੇ ਉਹ ਸਾਰਾ ਇਹਨਾਂ ਦਾ ਹੌਸਲੇ ਆ ਕਿਉਂਕਿ ਉਸ ਟਾਈਮ ਫੋਨ ਤੇ ਹੀ ਇਹਨਾਂ ਨਾਲ ਮੇਰੀ ਗੱਲ ਹੁੰਦੀ ਸੀ ਇਹਨਾਂ ਨੇ ਹਮੇਸ਼ਾ ਪੋਜ਼ਿਟਿਵ ਚੀਜ਼ਾਂ ਹੀ ਗੱਲਾਂ ਕਰਨੀਆਂ ਮੇਰੇ ਨਾਲ ਵੀ ਕੋਈ ਗੱਲ ਨਹੀਂ ਇਹ ਤੂੰ ਇਕੱਲਾ ਨਹੀਂ ਆ ਬਹੁਤ ਦੁਨੀਆ ਪਈ ਬੈੱਡ ਤੇ ਵੀ ਤੂੰ ਫਿਰੂੰਗਾ ਫਿਰ ਵੀ ਠੀਕ ਆ ਦੇਖ ਲੈਣਾ ਤੇਰੇ ਦਿਮਾਗ ਤੇਰਾ ਠੀਕ ਆ ਤੂੰ ਮੈਨੂੰ ਪਛਾਣਨਾ ਜੇ ਕੱਲੂ ਤੇਰੇ ਪਛਾਣਨਾ ਹੁੰਦਾ ਫਿਰ ਮੈਂ ਕੀ ਕਰਨਦਾ ਮੰਨ ਲਓ ਉਹ ਇਹਨਾਂ ਨੇ ਇਦਾਂ ਦੀ ਐਗਜ਼ਾਮਪਲ ਦਿੱਤੀ ਹੈ ਨਾ ਵੀ ਜੋ ਤੇਰੇ ਕੋਲ ਹੈਗਾ ਤੂੰ ਉਹ ਦੇਖ ਤੂੰ ਉਹਨਾਂ ਦੇ ਕੋਈ ਉਧਰ ਨਹੀਂ ਹੈ ਉਜੀ ਦੇਖ ਕੇ ਮਲੋਆ ਮੈਂ ਕਾਫੀ ਮੈਨੂੰ એનર્ਜੀ ਮਿਲੀ ਉਸ ਟਾਈਮ ਤੋਂ ਜਦੋਂ ਫਿਰ ਇੱਥੇ ਆਏ 4 ਮਹੀਨੇ ਬਾਅਦ ਵੀਜ਼ਾ ਲੈ ਕੇ ਉਸ ਟਾਈਮ ਜਦੋਂ ਕਰੋਨਾ ਕਰੋਨਾ ਵਾਇਰਸ ਆਦਾ ਉਸ ਟਾਈਮ ਤਾਂ ਇਹਨਾਂ ਨੂੰ ਟਾਈਮ ਲੱਗ ਗਿਆ ਵੀਜ਼ਾ ਲੈਣ ਵਾਸਤੇ ਯਾਨਕਿ ਸਾਰਾ ਉਹ ਜਿਹੜਾ ਸੈਕਰੀਫਾਈਸ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਇਹਨਾਂ ਦੇ ਆ ਜ਼ਿਆਦਾ ਮੇਰੇ ਦਾ ਚਲੋ ਮੇਰੇ ਦਾ ਬਹੁਤ ਘੱਟ ਹੈ ਸਾਰਾ ਜਿਹੜਾ ਸੈਕਰੀਫਾਈਸ ਉਹ ਇਹਨਾਂ ਦੇ ਆ ਲਗਭਗ ਇਹਨਾਂ ਇੱਕ ਗੱਲ ਸਵਾਲ ਪੁੱਛੋ ਕਿ ਉਹ ਕਿਹੜੀ ਚੀਜ਼ ਸੀ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਹਾਸਾ ਹੋ ਗਿਆ ਤੁਹਾਡੇ ਇਹ ਹਾਲਾਤ ਹੋ ਗਏ ਤੁਸੀਂ ਵੀਡੀਓ ਕਾਲ ਤੇ ਵੀ ਜੋ ਗੱਲਬਾਤ ਦੱਸੀ ਹੋਣੀ ਹੈ ਨਾ ਉਹ ਕਿਹੜੀ ਚੀਜ਼ ਸੀ ਜਿਹੜੀ ਇਹਨਾਂ ਨੂੰ ਇੱਥੇ ਪੰਜਾਬ ਖਿੱਚ ਲਈ ਆਪਣਾ ਪਰਵਾਹ ਛੱਡਣਾ ਪੈ ਗਿਆ ਆਪਣੇ ਉੱਥੋਂ ਉਰੇ ਆ ਕੇ ਬਸ ਗਏ ਤੁਹਾਡੀ ਸੇਵਾ ਦੇ ਵਿੱਚ ਡਟ ਕੇ ਉਹ ਕਿਹੜੀ ਚੀਜ਼ ਸੀ ਜਿਹੜੀ ਇਹਨਾਂ ਨੂੰ ਪ੍ਰੇਰਿਤ ਕਰਦੀ ਵੀ ਹਾਂ ਉੱਥੇ ਜਾਣਾ ਹੀ ਜਾਣਾ ਕਿ ਕਾਲਸ ਕੋਸਾਸ ਕੇ ਤੇ trae ਆਖਾ ਕੰਦੋ ਜੋ ਮੈਂ ਐਕਸੀਡੈਂਟ ਹੋ ਜਾ ਕਾਲਕੋਸਾ ਤੇ ਹਾਲੋ ਪੜਾਖਾ ਅੱਲਾਮੇ ਕਿ ਤੂੰ ਬਹੁਤ ਮਾਲ। ਤੂੰ ਬਹੁਤ ਮਾਲ ਤੇ ਤੂੰ ਮਰ ਰਹੀ ਸੀ ਤੇ ਮੈਨੂੰ ਲੋੜ ਸੀ ਆਉਣ ਦਾ ਮਦਦ। ਤੂੰ ਜਾਣਦਾ ਹੈ। ਤੇ ਇਹ ਸੀ ਕਹਿੰਦੇ ਵੀ ਜਦੋਂ ਜੋ ਐਕਸੀਡੈਂਟ ਮੇਰਾ ਹੋਇਆ ਬਈ ਤੈਨੂੰ ਦੇਖ ਕੇ ਬਈ ਤੂੰ ਬਿਲਕੁਲ ਮਨ ਦੇ ਕਿਨਾਰੇ ਪਿਆ ਤੇ ਮੈਨੂੰ ਤੇਰੀ ਲੋੜ ਆ ਵੀ ਮੈਂ ਜਿਹ ਮਹਿਸੂਸ ਕੀਤੀ ਤੇ ਵੀ ਬਿਨਾ ਮੇਰੇ ਮੈਂ ਨਾ ਪਹੁੰਚੀ ਉੱਥੇ। ਕਿ ਸ਼ਾਇਦ ਹਰਪਾਲ ਨਾ ਮੜ ਜਾਣਾ ਤੁਸੀਂ ਪਤਾ ਹੋ ਰਿਹਾ ਮੈਨੂੰ ਹਾਂਜੀ ਹਾਂਜੀ ਤੇ ਹੱਥ ਟੁੱਟ ਗਿਆ ਹਾਂਜੀ ਨਿਕਰੇ ਨੇ ਉਹ ਜਦਾਂ ਸੋਚ ਕੇ ਕਈ ਵਾਰੀ ਮਨ ਖਰਾਬ ਹੋ ਜਾਂਦਾ ਜੀ ਕਿਉਂਕਿ ਹਾਲਾਤ ਹੰਢਾਏ ਬਹੁਤ ਮੁੱਖੇ ਇਹ ਜੀ ਇਹ ਚੀਜ਼ ਤਾਂ ਮਨ ਲੋ ਜਿਹਨਾਂ ਹੰਢਾਈ ਉਹਨੂੰ ਪਤਾ ਜੀ ਤੇ ਉਹ ਸੋਚ ਕੇ ਕਈ ਵਾਰੀ ਮਨ ਖਰਾਬ ਹੋ ਜਾਂਦਾ ਪਰ ਬਹੁਤ ਹੌਸਲੇ ਨਾਲ ਦਾ ਤੈਨੂੰ ਪਰਮਾਤਮਾ ਨੇ ਸੜਦੀ ਗੱਲਾਂ ਚ ਰੱਖੂਗਾ ਹੁਣ ਤੁਹਾਨੂੰ ਉਸ ਤੋਂ ਵੀ ਵੱਡੀ ਚੀਜ਼ ਹੋਊਗੀ ਹਾਂ ਹਾਂ ਨਹੀਂ ਬਿਲਕੁਲ ਚਲੋ ਇਹ ਇਹ ਦੁਆਵਾਂ ਤੁਹਾਡੀਆਂ ਬਾਕੀ ਕੋਸ਼ਿਸ਼ ਹੈ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਪੰਜਾਬੀਆਂ ਤੋਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਬਸ ਮੰਨ ਲਓ ਇਹ ਕਿਉਂਕਿ ਸਾਰਾ ਮੇਰੀ ਖੁਸ਼ੀ ਇਹਨਾਂ ਦੀ ਖੁਸ਼ੀ ਹੈ ਜੀ ਜੋ ਜਿੱਥੇ ਕੋਸ਼ ਹੈ ਉੱਥੇ ਮੈਂ ਕੋਸ਼ਾਂ ਉਹਨਾਂ ਦੀ ਮੱਖਾ ਜਾਂਦੀ ਉਹ ਵੀ ਬਹੁਤ ਬਿਹਲੇ ਕਿ ਕੀ ਕੀ ਲੋਕ ਕੀ ਕਰ ਰਹੇ ਹਾਂ ਸਨ ਸੀਨਾ ਅ ਲੋਸ ਪੰਜਾਬੀਸ ਕੋਮ ਦੇ ਕੀ ਟਾਈਪ ਦੇ ਅਯੂਦਾ ਕਰ ਬੈਨ ਪਰ ਜੋ ਲੋਸ ਜੋ 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 ਲੋਸ ਦੋਇ ਲਾਸ ਗ੍ਰਾਸੀਆਸ ਆ Yo le doy las gracias a los Punjabis porque, eh, gracias a ellos, yo he estado todo este tiempo acá, he podido estar acá sin trabajar y te he podido ayudar. O sea, yo ya les doy las gracias por todo lo que nos han ayudado. ¿Qué quisiera yo? Poderte, poder tener el dinero para llevarte a un tratamiento, llevarte a un tratamiento, sea en España o sea en Colombia, tener los recursos para poder darte un tratamiento que pueda pararte de esta silla, porque yo sé que tú te puedes parar. Mira, ya hemos. a pesar de lo poco que que hemos hecho ya has demostrado que tu cuerpo si avanza ¿ves? No hemos tenido los recursos ¿ves? Necesitamos los recursos. ਉਹਦੇ ਵੈਸੇ ਪਹਿਲਾਂ ਧੰਨਵਾਦ ਆ ਬਹੁਤ ਬਹੁਤ ਸਾਰੇ ਪੰਜਾਬੀਆਂ ਦਾ ਵੀ ਪਹਿਲਾਂ ਬਹੁਤ ਮਦਦ ਕੀਤੀ ਐ। ਉਹਦੇ ਕਰਕੇ ਅਸੀਂ ਮੈਂ ਇਹ ਬਿਨਾਲ ਇੱਥੇ ਰਹਿ ਕੇ ਅਲਾਜ ਅਸੀਂ ਕਰਾ ਰਹੇ ਹਾਂ ਜਿੰਨਾ ਅੱਜ ਪੋਸੀਬਲ ਐ ਇੱਥੇ ਇੰਡੀਆ ਰਹਿ ਕੇ ਤੇ ਵੈਸੇ ਕੋਸ਼ਿਸ਼ ਇਹ ਕਹਿੰਦੇ ਮੇਰੀ ਇਹ ਵੀ ਮੈਂ ਕੱਲ ਉਹਨਾਂ ਨਾਲ ਜੇ ਵਧੀਆ ਮਦਦ ਹੋ ਜਾਵੇ ਤਾਂ ਮੈਂ ਨਾਲ ਇਹਨਾਂ ਨੂੰ ਲੈ ਕੇ ਆਪਣੇ ਦੇਸ਼ ਵੀ ਚੰਗਾ ਇੱਕ ਕਿਸੇ ਚੰਗੇ ਸੈਂਟਰ ਜਾ ਕੇ ਇਲਾਜ ਕਰਵਾ ਸਕਾਂ ਵੀ ਮੈਂ ਬਹੁਤ ਜਲਦੀ ਜਿਹੜਾ ਪੈਨਲ ਤੇ ਆਪ ਖੜਾ ਹੋ ਸਕਾਂ ਆਪਣੇ ਆਪ ਦੂਜੀ ਗੱਲ ਹੈ ਵੀ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਇੱਥੇ ਇੰਡੀਆ 'ਚ ਵੀ ਮੇਰਾ ਬੋਡੀ ਜਿਹੜੀ ਦੱਸ ਰਹੀ ਹੈ ਮੈਨੂੰ ਆਪਣੇ ਆਪ ਵੀ ਬੋਡੀ ਜਿਹੜੇ ਬੋਡੀ ਚੇਂਜਸ ਆ ਰਹੇ ਨੇ ਹਨ ਬਹੁਤ ਘੱਟ ਰਿਸੋਰਸ ਹੋਣ ਦੇ ਕਾਰਨ ਵੀ ਬੋਡੀ ਦੱਸ ਰਹੀ ਆਮ ਬੋਡੀ ਚ ਚ ਠੀਕ ਹੋ ਰਿਹਾ ਹਾਂਜੀ ਠੀਕ ਹੋ ਰਿਹਾ ਵੀ ਮਤਲਬ ਉਹ ਤੋਂ ਮੰਨ ਲਓ ਇੰਡੀਆ ਜਨਾਨ ਕਾਨੂੰ ਕਾਲੂ ਕਦੇ ਚੰਗਾ ਸੈਂਟਰ ਮੰਨ ਲਓ ਮਿਲ ਗਿਆ ਚੰਗੀ ਮਦਦ ਹੋ ਗਈ ਹੈ ਮੰਨ ਲਓ ਬੰਦਾ ਬਾਹਰ ਜਾ ਕੇ ਇਲਾਜ ਕਰਾਊਗਾ ਤਾਂ ਇਹ ਚੀਜ਼ ਜਿਹੜੀ ਬਹੁਤ ਛੇਤੀ ਪੋਸੀਬਲ ਹੋ ਸਕਦੀ ਹੈ ਵੀ ਮੈਂ ਕਾਲੂ ਪੈਣਾ ਤੇ ਹਾਂ ਸੋ ਇਹੀ ਜਿਹੜੀ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਜਿੰਨਾ ਹੋ ਸਕੇ ਆ ਤੇ ਚਲੋ ਤਾਂ ਜ਼ਰੂਰ ਕਰੋ ਸਾਰੇ ਮਦਦ ਇਹੀ ਸਾਰਿਆਂ ਨੂੰ ਅਪੀਲ ਹੈ ਜੀ ਸਭ ਤੋਂ ਜ਼ਿਆਦਾ ਮੈਨੂੰ ਐ ਵੀ ਲੱਗ ਰਿਹਾ ਕਿ ਤੁਹਾਨੂੰ ਪੋਜ਼ਿਟਿਵਿਟੀ ਵੀ ਨਾ ਤੁਹਾਨੂੰ ਮਿਲਦੀ ਹੈ ਕਿਉਂਕਿ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਛੱਡਿਆ ਹੈ ਨਾ ਯਾਰ ਮੈਂ ਹੁਣ ਠੀਕ ਹੋਣੀ ਹੁਣ ਬਿਲਕੁਲ ਹਾਂ ਜੀ ਨਹੀਂ ਉਹ ਹੀ ਨਾ ਮਤਲਬ ਜੀਵਨ ਸਾਥੀ ਨਾਲ ਜਦੋਂ ਖੜ ਜਾਂਦਾ ਕਿਸ ਮਤਲਬ ਖਾਸ ਕਰਕੇ ਇਹ ਵੇਲੇ ਤਾਂ ਚ ਤਾਂ ਆਪਣੇ ਆਪੇ ਦਿਮਾਗ ਨੂੰ ਬਹੁਤ ਵੱਡੀ ਪੋਜ਼ਿਟਿਵਿਟੀ ਹੈ ਕਿਤੇ ਜਾਣ ਦੀ ਲੋੜ ਨਹੀਂ ਬੰਦੇ ਨੂੰ ਕਿਉਂਕਿ ਜੀਵਨ ਸਾਥੀ ਨਾਲ ਖਾਣਾ ਸਭ ਤੋਂ ਵੱਡੀ ਸਭ ਤੋਂ ਵੱਡਾ ਮੋਟੀਵੇਸ਼ਨਲ ਹੈ ਮੇਰੇ ਵਾਸਤੇ ਇਹ ਹੈ ਜੀ ਮਤਲਬ ਪੋਸਟਵਰਡੀਨ ਡੇਲੀ ਪੋਸਟਵਰਡੀਨ ਗੱਲਾਂ ਕਰਨੀਆਂ ਤੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅ ਢੱਲੀ ਜਿਹੜੀ ਐਕਟੀਵਿਟੀ ਆ ਜਾਂ ਹੋਰ ਜਿਹੜਾ ਖਾਣ ਚੰਗਾ ਖਾਣਾ ਪੀਣਾ ਉਹ ਸਾਰਾ ਇਹਨਾਂ ਦੀ ਉਦਦ ਤੇ ਆ ਮੰਨ ਲਓ ਬਹੁਤ ਜਿਹੜੀ ਬੋਡੀ ਦੀ ਜਿਹੜੀ ਰਿਕਵਰੀ ਹੋਣ ਹੋ ਰਹੀ ਆ ਜਾਂ ਜਿੰਨਾ ਵੀ ਦੁਖਣ ਡਾਇਆ ਉਹ ਸਾਰਾ ਜਿੰਨਾ ਵੀ ਜਿਹੜਾ ਪੂਰਾ ਜਿਹੜਾ ਰਿਕਵਰ ਹੋਇਆ ਉਹ ਸਾਰਾ ਇਹਨਾਂ ਦੀ ਉਦਦ ਤੇ ਆ ਜੀ ਜਦੋਂ ਰੁਲਦੂ ਸਿੰਘ ਮਾਨਸਾ ਦੇ ਨਾਲ ਗੱਲਬਾਤ ਚੱਲੀ ਸੀ ਕਿਸਾਨ ਆਗੂ ਦੇ ਨਾਲ ਆਪਣੀ ਜਦੋਂ ਗੱਲ ਹੁੰਦੀ ਆ ਤਾਂ ਉਹ ਗੱਲ ਕਿੱਥੇ ਤੱਕ ਪਹੁੰਚੀ ਜੀ ਕਿੱਥੇ ਆ ਕੇ ਰੁਕ ਗਈ ਉਹ ਗੱਲ ਦੇਖੋ ਕਰਦੇ ਮੇਰੇ ਗਿਆ ਸੀ ਉੱਥੇ ਲੋਕਾਂ ਨਾਲ ਤੁਸੀਂ ਕਹਿੰਨ ਲਿਆਣਾ ਮੀਟਿੰਗ ਤੇ ਇੱਕ ਦੋ ਵਾਰੀ ਘਰੇ ਵੀ ਸਾਡੇ ਇੱਕ ਪਹਿਲਾਂ ਇੱਥ ਪਟਾਲੇ ਤੋਂ ਅੰਕਲ ਜੀ ਉਹਨਾਂ ਨੇ ਵੀ ਮੇਰੀ ਗੱਲ ਕਰਾਈ ਸੀ ਰੋਲਦੂ ਮਾਨਸਾ ਨਾਲ ਉਹਨਾਂ ਨੇ ਵੀ ਉਹੀ ਗੱਲ ਕਹੀ ਕਹਿੰਦੇ ਤੁਹਾਡੀ ਮੀਟਿੰਗ ਚੱਲਿਆ ਕਰਦੀ ਆ ਅਸੀਂ ਮੀਟਿੰਗ ਚ ਗੱਲ ਰੱਖੀ ਵੀ ਹੈ ਇਹ ਮੁੰਡੇ ਬਾਰੇ ਅਸੀਂ ਜਾਣਦੇ ਹਾਂ ਅਨੰਦਪੁਰ ਸਾਹਿਬ ਤੋਂ ਵੀ ਤੁਸੀਂ ਫੇਕ ਨਾ ਕਰਿਓ ਅਸੀਂ ਦਾ ਅਸੀਂ ਇਹਨੂੰ ਪੈਸੇ ਦਵਾਵਾਂਗੇ ਸਾਡੇ ਕੋਲ ਪੈਸੇ ਪਏ ਨੇ 7 ਕਰੋੜ ਤੇ ਉਹ ਬਸ ਉਹੀ ਲੱਪੇ ਲਾ ਕੇ ਉਹਨਾਂ ਨੇ ਮਨ ਲੋ ਗੱਲਾਂ ਕੀਤੀਆਂ ਤੇ ਮੁਰਕੇ ਤਾਂ ਫੇਮਾ ਫੋਨ ਵੀ ਨਾ ਕੀਤਾ ਮੈਨੂੰ ਪਤਾ ਵੀ ਇਹਨਾਂ ਨੇ ਲੜੇ ਲਾਣੇ ਤਾਂ ਮੈਂ ਕਹਾਂ ਨੂੰ ਆਪਣਾ ਦਿਮਾਗ ਖਰਾਬ ਕਰਾਂ 7 ਮਹੀਨੇ ਤੋਂ ਕੋਈ ਗੱਲਬਾਤ ਨਹੀਂ ਹੋਈ ਨਹੀਂ ਨਹੀਂ ਆਖਰੀ ਹਰਪਲ ਕੀ ਸਨੇਹਾ ਕਿਸ ਤਰੀਕੇ ਦੇ ਨਾਲ ਤੁਹਾਡੇ ਤੱਕ ਸੰਪਰਕ ਕਰਨ ਜਿਹੜਾ ਕੋਈ ਮਦਦ ਤੁਹਾਡੇ ਤੱਕ ਪੰਜਾਬੀ ਜਾਂ ਬਾਹਰੋਂ ਕੋਈ ਐਨਆਰਆਈ ਪਹੁੰਚਾਉਣਾ ਚਾਹੁੰਦਾ ਆ ਨੰਬਰ ਹੈ ਜੀ ਮੇਰਾ ਤੁਸੀਂ ਮੈਨੂੰ ਵਟਸਐਪ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਨੰਬਰ ਹੈ ਜੀ ਮੇਰਾ 7814632706 7814632706 ਇਹ ਨੰਬਰ ਹੈ ਮੇਰਾ ਕੋਈ ਵੀ ਭੈਣ ਭਰਾ ਜੋ ਮੇਰੇ ਬਾਰੇ ਜਾਨਣਾ ਚਾਹੁੰਦਾ ਹੈ ਵੀਡੀਓ ਕਾਲ ਤੇ ਜਾਂ ਨੋਮਲ ਮੈਂ ਨਾਲ ਫੋਨ ਤੇ ਗੱਲ ਕਰ ਸਕਦਾ ਜੀ ਹਾਂਜੀ ਵੀਡੀਓ ਕਾਲ ਤੇ ਦੇਖ ਕੇ ਲਾਤਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੈਚੁਅਲ ਫਰੋਡ ਬਹੁਤ ਚੱਲਦਾ ਅਗਲਾ ਕਹਿੰਦਾ ਖਣੀ ਝੂਠੇ ਬੋਲ ਰਿਹਾ ਜਦੋਂ ਤੇ ਚਲੋ ਬੰਦਾ ਜਾਣ ਕੇ ਆਪ ਵੀ ਲੋੜਵੰਦਾ ਬੰਦਾ ਜਾ ਸਮਝ ਕੇ ਮੇਰੇ ਬਾਰੇ ਤਾਂ ਉਹ ਫੋਨ ਤੇ ਗੱਲ ਕਰਕੇ ਮੇ ਨਾਲ ਗੱਲ ਕਰ ਸਕਦਾ ਬੰਦਾ ਇੱਕਦਾਂ ਲਹੂਰ ਮੇਰੇ ਜਾਇਦਾ ਜਦੋਂ ਇਹ ਹਾਦਸਾ ਹੁੰਦਾ ਉਦੋਂ ਕਿੰਨੇ ਦਿਨ ਬਾਅਦ ਤੁਸੀਂ ਨਹੀਂ ਬਾਹਰ ਜਾਣਾ ਸੀ ਵੀਜ਼ਾ ਲੱਗਿਆ ਸੀ ਉਦੋਂ ਨਹੀਂ ਵੀਜ਼ਾ ਮੈਂ ਮੇਰੀ ਫਾਇਲ ਲੱਗੀ ਸੀ ਅੰਬੈਸੀ ਚ ਤੇ ਉਹ ਫਿਰ ਜਦੋਂ ਐਕਸੀਡੈਂਟ ਮੇਰਾ ਹੋਇਆ ਇਹਨਾਂ ਨੂੰ ਪਤਾ ਲੱਗਿਆ ਵੀ ਮੇਰਾ ਐਕਸੀਡੈਂਟ ਹੋ ਗਿਆ ਇਦਾਂ ਤੇ ਉਸ ਤੋਂ ਬਾਅਦ ਉਹ ਜਦੋਂ ਵੀਜ਼ਾ ਮਨੋ ਜਹਾਜ਼ੇ ਹੋ ਗਿਆ ਆਪਣੇ ਨਾਲ ਤਾਂ ਰਿਸਪੌਂਸ ਜਣਾ ਬੰਦ ਹੋ ਗਿਆ ਈਮੇਲ ਤੋਂ ਟਾਈਮ ਉਹਦਾ ਫਿਕਸ ਕਿਉਂਕਿ ਅ ਅੰਬੈਸੀ ਦੇ ਰੂਲ ਹੁੰਦੇ ਤਾਂ ਉਹ ਸਾਰਾ ਸਾਰੇ ਸਿਸਟਮ ਸਾਰਾ ਫੇਲ ਹੋ ਗਿਆ ਉਹਦੇ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਫਿਰ ਮੇਰਾ ਲਾਚ ਉਹ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਇੱਥੇ ਆ ਕੇ ਜਿਹੜੀ ਮੇਰੀ ਕੇਅਰ ਕਰਨੀ ਪਈ ਜੀ ਬਹੁਤ ਬਹੁਤਾਂ ਠੀਕ ਹੈ ਜੀ ਸ਼ੁਕਰੀਆ ਇਹ ਪੰਜਾਬ ਦਾ ਉਹ ਨੌਜਵਾਨ ਹਰਪਾਲ ਸਿੰਘ ਹੈ ਜੋ ਕਿ ਅੱਜ ਨਰਕਪਰੀ ਜ਼ਿੰਦਗੀ ਬਤੀਤ ਕਰ ਰਿਹਾ ਬਹੁਤ ਸਮਾਂ ਲੱਗ ਗਿਆ ਭਾਵੇਂ ਕਿ 3.5 ਸਾਲ ਦਾ ਸਮਾਂ ਹੋ ਚੁੱਕਿਆ ਹੈ ਆਪਣੇ ਜ਼ਿੰਦਗੀ ਦੇ ਨਾਲ ਲੜਾਈ ਲੜ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਹੌਸਲਾ ਜ਼ਰੂਰ ਹੈ ਇੱਕ ਵਾਰ ਜ਼ਰੂਰ ਕਾਮਯਾਬੀ ਮਿਲੇਗੀ ਪਰ ਸੰਯੁਕਤ ਕਿਸਾਨ ਮੋਰਚੇ ਤੋਂ ਵੀ ਨਾਰਾਜ਼ਗੀ ਜਤਾਈ ਹੈ ਕਿ ਜਦੋਂ ਕਿ ਜਿਹੜੇ ਲੋਕਾਂ ਦੇ ਪਰਿਵਾਰਕ ਮੈਂਬਰ ਕਿਸਾਨੀ ਨੋਲਨ ਦੇ ਵਿੱਚ ਜਾਨ ਗਵਾਗੇ ਉਹਨਾਂ ਨੂੰ ਤਾਂ ਮੁਆਵਜ਼ਾ ਵੀ ਮਿਲ ਜਾਂਦਾ ਤੇ ਸਰਕਾਰੀ ਨੌਕਰੀ ਵੀ ਮਿਲ ਜਾਂਦੀ ਹੈ ਪਰ ਸਾਡੇ ਵਰਗੇ ਨੌਜਵਾਨਾਂ ਦਾ ਕੀ ਬਣੇਗਾ ਜਿਨ੍ਹਾਂ ਦੀ ਅੱਜ ਤੱਕ ਸਾਰ ਨਹੀਂ ਲਈ ਗਈ ਹੁਣ ਤੱਕ 25 ਲੱਖ ਰੁਪਏ ਦਾ ਖਰਚਾ ਜਿਹੜਾ ਤਕਰੀਬਨ ਇਸ ਦੇ ਇਲਾਜ ਤੇ ਆ ਚੁੱਕਿਆ ਪਰ ਹਾਲੇ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਨਾਰਾਜ਼ਗੀ ਵੀ ਜ਼ਰੂਰ ਜਤਾਈ ਹੋ ਸਕਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੇ ਘਰ ਦੇ ਵਿੱਚ ਆਵੇ ਮਦਦ ਕਰੇ ਭਾਵੇਂ ਕਿ ਉਹਨਾਂ ਤੱਕ ਸਨੇਹਾ ਜ਼ਰੂਰ ਪਹੁੰਚਿਆ ਹੋਇਆ ਗੱਲਬਾਤ ਵੀ ਚੱਲੀ ਸੀ ਪਰ ਹਾਲੇ ਤੱਕ ਮਦਦ ਨਹੀਂ ਕੀਤੀ ਗਈ ਤਾਂ ਦੂਜੇ ਪਾਸੇ ਇਹਨਾਂ ਦੀ ਪਤਨੀ ਵੀ ਇਹਨਾਂ ਦੀ ਸੇਵਾ ਦੇ ਲਈ ਡਟੇ ਹੋਏ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਕੋਲੰਬੀਆ ਤੋਂ ਇਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਪਰਿਵਾਰ ਛੱਡਿਆ ਘਰ ਛੱਡਿਆ ਤਾਂ ਇੰਨੀ ਸੇਵਾ ਦੇ ਵਿੱਚ ਪੰਜਾਬ ਦੇ ਇਸ ਗੱਭਰੂ ਦੀ ਸੇਵਾ ਦੇ ਵਿੱਚ ਤਾਂ ਅੱਜ ਦੇ ਸਮੇਂ ਦੇ ਵਿੱਚ ਪਿਆਰ ਦੀ ਇੱਕ ਅਨੋਖੀ ਮਿਸਾਲ ਵੀ ਇਹਨਾਂ ਨੇ ਕਾਇਮ ਕੀਤੀ ਹੈ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ